ਹਾਜ਼ਰ ਹੈ ਚੰਚੀ ਦਾ ਵਿਚਾਰ ਸਤਿ ਸ਼੍ਰੀ ਅਕਾਲ ਜੀ ਪ੍ਰਾਈਮ ਅਸ਼ੀਆ ਟੀਵੀ ਤੇ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਪ੍ਰੋਗਰਾਮ ਚਾਹੀਦਾ ਵਿਚਾਰ ਪੇਸ਼ ਕਰਨ ਦਾ ਵੇਲਾ ਹੋ ਗਿਆ ਤੇ ਅਸੀਂ ਹਾਜ਼ਰ ਹੋ ਗਏ ਹਾਂ ਮੈਂ ਹਾਂ ਹਰਮਨ ਥੰਦ ਮੇਰੇ ਨਾਲ ਨੇ ਹਰ ਰੋਜ਼ ਦੀ ਤਰ੍ਹਾਂ ਸਵਰਨ ਸਿੰਘ ਟਣਾ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜਣਾ ਸਭ ਕੀ ਹਾਲ ਚਾਲ ਬਹੁਤ ਵਧੀਆ ਚੜ੍ਹਦੀ ਕਲਾ ਜਿੰਦਾਬਾਦ ਅੱਜ ਥੋੜੇ ਜੇ ਬਦਲੇ ਬਦਲੇ ਲਾਤ ਮੇ ਹੂੰ ਅੱਜ ਇਉਂ ਲੱਗ ਰਿਹਾ ਵੀ ਪੂਰਾ ਐਨ ਮਤਲਬ ਫੈਕਟ ਝੱਗਾ ਪਾਇਆ ਹੋਇਆ ਹੈ ਬਿਲਕੁਲ ਫਸਿਆ ਬੈਠਾ ਝੱਗੇ ਚ ਕੋਈ ਨਾ ਅਸਲ ਵਿੱਚ ਪਹਿਲਾਂ ਮੇਰੇ ਹੁੰਦੇ ਸੀ ਕਿ ਭੀੜੇ ਝੱਗੇ ਹੂੰ ਫਿਰ ਮੈਂ ਥੋੜਾ ਜਿਹਾ ਖੇਤਰਫਲ ਮੇਰਾ ਵੱਧ ਗਿਆ ਹੁਣ ਖੇਤਰਫਲ ਫਿਰ ਉੱਥੇ ਲਿਆਂਦਾ ਤੇ ਉਸ ਤੋਂ ਬਾਅਦ ਫਿਰ ਮੈਂ ਉਹ ਪੁਰਾਣੀ ਝੱਗੇ ਕੜ-ਕੜ ਕੇ ਪਾ ਰਿਆ ਆਏ ਹਾਏ ਤੇ ਉਹ ਫਿਰ ਮੇਰੇ ਕੋਈ ਮਾੜਾ ਮੋਟਾ ਭੀੜਾ ਵੀ ਹੁੰਦਾ ਮੈਨੂੰ ਲੱਗਦਾ ਕੋਈ ਗੱਲ ਨਹੀਂ ਯਾਰ ਇਹ ਐਵੇਂ ਥੋੜੀ ਜਾਣ ਦੇਣਾ ਹਾਂ ਕੌਣੇ ਆ ਬਿਲਕੁਲ ਫਿਰ ਕੀ ਹੋ ਗਿਆ ਜੀ ਗੱਲ ਕੋਈ ਨਹੀਂ ਨਹੀਂ ਪਰ ਜੱਚ ਰਹੇ ਹੋ ਅੱਛਾ ਪੂਰੀ ਟੋਰ ਮੋਟਾ ਮੋਟਾ ਲੱਗਦਾ ਮੈਂ ਐ ਲੱਗਦਾ ਵੀ ਹੁਣੇ ਕੱਲ ਹੋ ਜਿਨਾਉ ਕੀ ਹਾਲ ਚਾਲ ਬਹੁਤ ਹੀ ਵਧੀਆ ਚੜ੍ਹ ਦਿਕਲਾ ਟਾਣਾ ਸਾਹਿਬ ਮੌਸਮ ਦਾ ਤਾਂ ਕੁਝ ਪਤਾ ਹੀ ਨਹੀਂ ਲੱਗ ਰਿਹਾ ਚਕਾਨੀਆਂ ਡਈ ਜਾਂਦਾ ਕਈ ਥਾਵਾਂ ਤੇ ਕਣੀਆਂ ਪੈ ਗਈਆਂ ਕਈ ਥਾਵਾਂ ਦੇ ਉੱਤੇ ਮੋਢੀ ਪੱਟੇ ਗਏ ਆ ਆ ਮੇਰੇ ਇੱਕ ਦੋਸਤ ਨੇ ਰਸੈ ਸੁਤਰਾਣਾ ਖੇਤਰ ਦੇ ਵੱਲ ਕਹਿੰਦੇ ਵੀ ਇੰਨਾ ਕੁ ਤੇਜ਼ ਝਖਿੜਾ ਆਇਆ ਇੰਨੀ ਕੁ ਤੇਜ਼ ਹਵਾ ਚੱਲੀ ਹੈ ਵੀ ਦਰਖਤ ਪੱਟੇ ਗਏ ਆ ਬੜਾ ਨੁਕਸਾਨ ਹੋਇਆ ਸੀ ਬਿਲਕੁਲ ਸਹੀ ਕਹੇ ਤੁਸੀਂ ਮੈਂ ਵੀ ਜਿਹੜੇ ਰਸਤੇ ਤੋਂ ਆਉਂਦੀ ਆ ਟਾਣਾ ਸਾਹਿਬ ਉੱਥੇ ਸਫੈਦੇ ਦੇ ਰੁੱਖ ਲੱਗੇ ਹੋਏ ਨੇ ਤੇ ਉਹ ਸਫੈਦੇ ਦੇ ਆ ਟਾਣੀਆਂ ਜਿਹੜੀਆਂ ਟੁੱਟੀਆਂ ਹੋਈਆਂ ਸੀ ਜੀ 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 ਸੋ ਇਸ ਲਈ ਬਹੁਤ ਤੂਫਾਨ ਆਇਆ ਪਰ ਕਈ ਥਾਵਾਂ ਤੇ ਕਹਿੰਦੇ ਬਿਲਕੁਲ ਧੁੱਪ ਖੜੀ ਰਹੀ ਹੈ ਬਿਲਕੁਲ ਪਰ ਮੈਂ ਤੁਹਾਨੂੰ ਇੱਕ ਜਾਣਕਾਰੀ ਦਾ ਵਾਅਦਾ ਕਰਾਂ ਜਿਹੜੋ ਕਹਤਾ ਨਾ ਕਿ ਸਫੈਦੇ ਲੱਗੇ ਹੋਏ ਆ ਉਹ ਰੁੱਖ ਹੀ ਹੁੰਦੇ ਆ ਇਹ ਕਹਿਣ ਦੀ ਲੋੜ ਨਹੀਂ ਕਿ ਸਫੈਦੇ ਦੇ ਰੁੱਖ ਲੱਗੇ ਹੋਏ ਆ ਇਹ ਉਵੇਂ ਆ ਜਿਵੇਂ ਮੇਰੇ ਵਾਲਾਂ ਦਾ హెయిర్ ਸਟਾਈਲ ਖਰਾਬ ਹੋ ਗਿਆ ਇਹ ਉਹ ਗੱਲ ਆ ਮੈਂ ਮਾਫੀ ਚਾਹਨੀ ਹੈ ਸ਼ੁਕਰੀਆ ਮੈਂ ਤੁਸੀਂ ਜੋ ਟਾਲੀ ਦੇ ਰੁੱਖ ਲੱਗੇ ਹੋਏ ਆ ਕਿਕਰ ਦੇ ਦਰਖਤ ਲੱਗੇ ਹੋਏ ਇਹ ਉਵੇਂ ਆ ਗੱਲ ਮੁੱਕ ਗਈ ਸੀ ਹਾਂਜੀ ਹਾਂ ਆਪਾਂ ਨੂੰ ਵਧਾਈਏ ਨਾ ਕਿਉਂਕਿ ਲੜਾਈ ਤਲਸੀ ਜਿੰਨੀ ਵਧਾ ਲਓ ਉੰਨੀ ਵਾਧੇ ਰਹਿੰਦੀ ਹੈ ਇਹ ਵੀ ਮੰਨਦੇ ਆ ਜੀ ਬਿਲਕੁਲ ਤੇ ਹੁਣ ਚਾਹੀਦਾ ਵਿਚਾਰ ਪੇਸ਼ ਕਰਦੇ ਹੋਰ ਨਾਲ ਸੁਣਿਓ ਤੇ ਬੜਾ ਮਹੱਤਵਪੂਰਨ ਆ ਉਹ ਇਹ ਆ ਕਿ ਕਦੇ ਵੀ ਕਿਸੇ ਨੂੰ ਕਮਜ਼ੋਰ ਨਾ ਸਮਝੋ ਹੂੰ ਹੂੰ ਕਦੇ ਵੀ ਕਿਸੇ ਨੂੰ ਕਮਜ਼ੋਰ ਨਾ ਸਮਝੋ 5 ਰੁਪਈਆ ਦਾ ਪੈਨ 5 ਕਰੋੜ ਦਾ ਚੈੱਕ ਭਰਨ ਦੇ ਕੰਮ ਆਉਂਦਾ। ਕਿਆ ਬਾਤ ਹੈ। ਹਾਂ। ਛਾ ਗਏ ਹੋ। ਕਦੇ ਵੀ ਕਿਸੇ ਨੂੰ ਕਮਜ਼ੋਰ ਤੇ ਫਾਲਤੂ ਨਾ ਸਮਝੋ। ਹਾਂ। ਕਈ ਵਾਰੀ ਰਾਹ ਦੇ ਵਿੱਚ ਪਿਆ ਹੋਇਆ ਡੀਕਾ ਜੀ ਨੂੰ ਅਸੀਂ ਡੱਕਾ ਕਹਿੰਦੇ ਆ। ਬੰਦਾ ਚੱਕ ਕੇ ਉਹ ਵੀ ਇੰਜ ਮਾਰ ਲੈਂਦਾ ਦੰਦੇ ਵਿੱਚ ਕਿ ਵਿੱਚੋਂ ਕੁਛ ਨਾ ਕੁਛ ਨਿਕਲ ਹੀ ਜਾਵੇ। ਹਾਂ। ਉਹ ਵੀ ਕੰਮ ਆਉਂਦਾ। ਗਲੀ ਦਾ ਕਈ ਵਾਰੀ ਬੰਦਾ ਹੀ ਬੰਦੇ ਦੇ ਕੰਮ ਨਹੀਂ ਆਉਂਦਾ। ਜੀ। ਬਾਕੀ ਸਾਰਾ ਕੁਝ ਕੰਮ ਆ ਜਾਂਦਾ। ਬਿਲਕੁਲ ਕੁਦਰਤ ਨੇ ਜੋ ਕੁਝ ਬਣਾਇਆ ਉਹ ਸਭ ਕੁਝ ਕੰਮ ਆਉਂਦਾ ਹੈ। ਕਈ ਵਾਰ ਤਾਂ ਬੰਦਾ ਹੀ ਨਹੀਂ ਕੰਮ ਆਉਂਦਾ ਬਸ। ਇੱਕ ਹੋਰ ਸੁਣਾਵਾਂ? ਸੁਣਾ ਦਿਓ। ਉੱਤਰ ਤਾਂ ਹਰ ਗੱਲ ਦਾ ਦਿੱ ਉੱਤਰ ਤਾਂ ਜਵਾਬ ਤਾਂ ਹਰ ਗੱਲ ਦਾ ਦਿੱਤਾ ਜਾ ਸਕਦਾ ਪਰ ਜਿਹੜਾ ਰਿਸ਼ਤਿਆਂ ਨੂੰ ਨਹੀਂ ਸਮਝਿਆ ਉਹ ਸ਼ਬਦਾ ਦੀ ਮर्यादा ਕਿਵੇਂ ਸਮਝੂਗਾ ਵਾਹ ਇਸ ਕਰਕੇ ਉੱਤਰ ਦੇਣਾ ਹੀ ਕਿਉਂ ਆ ਜੀ ਜਾ ਤੂੰ ਬੜਾ ਬੋਲ ਲਾ ਹਾਂ ਜਾ ਤੂੰ ਅੱਗੇ ਨਿਕਲ ਲਾ ਸਮਾਂ ਬਿਆਨ ਕਰੂਗਾ ਸਮਾਂ ਬਿਆਨ ਕਰੂਗਾ ਬਿਲਕੁਲ ਸਹੀ ਕਹਿ ਤੁਸੀਂ ਫਿਰ ਕਹਿਣਾ ਵੀ ਨਹੀਂ 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 ਐਦਾਂ ਨਹੀਂ ਸੀ ਉਹ ਤਾਂ ਨਾ ਮਹਾਰਾਜ ਨਹੀਂ ਐ ਕਰਤਾ ਫਿਰ ਫਿਰ ਦੋਸ਼ ਸਾਰਾ ਮਹਾਰਾਜ ਨੂੰ ਹੈਨਾ ਚਲੋ ਖੈਰ ਕੋਈ ਗੱਲ ਨਹੀਂ ਪਰ ਬੰਦਾ ਜੋ ਕਰਦਾ ਹੈ ਉਪਗਤ ਦਾ ਵੀ ਹੈ ਇਹ ਇਤਿਹਾਸ ਆਪਣੇ ਆਪ ਨੂੰ ਕਹਿੰਦੇ ਦੁਹਰਾਉਂਦਾ ਹੁੰਦਾ ਹੈ ਨਾ ਹੁਣ ਮੇਰੇ ਵਾਲਾ ਚਾਹੀਦਾ ਵਿਚਾਰ ਟਾਣਾ ਸਰ ਕਹਿੰਦੇ ਕਿ ਵਫਾਦਾਰੀਆਂ ਵੀ ਦੁੱਖ ਦਿੰਦੀਆਂ ਨੇ ਹਾਂ ਵਫਾਦਾਰੀਆਂ ਵੀ ਦੁੱਖ ਦਿੰਦੀਆਂ ਨੇ ਜੇਕਰ ਧੋਖੇਵਾਜ਼ਾ ਨਾਲ ਕੀਤੀਆਂ ਜਾਣ ਇਹ ਤਾਂ ਗੱਲ ਸੱਚੀ ਹੈ ਭਾਈ ਜੇ ਧੋਖੇਵਾਜ਼ਾ ਨਾਲ ਕੀਤੀਆਂ ਜਾਣ ਵਫਾਦਾਰੀਆਂ ਵੀ ਦੁਖ ਦਿੰਦੇ ਵੈਸੇ ਕਹਿੰਦੇ ਨੇ ਇਨਸਾਨ ਨੂੰ ਵਫਾਦਾਰ ਹੋਣਾ ਚਾਹੀਦਾ ਹੈ ਇਨਸਾਨ ਨੂੰ ਵਫਾਦਾਰੀ ਦੇ ਨਾਲ ਹਰ ਕਿਸੇ ਨਾਲ ਪੇਸ਼ ਆਉਣਾ ਚਾਹੀਦਾ ਹੈ ਹਰ ਇੱਕ ਰਿਸ਼ਤੇ ਨੂੰ ਵਫਾਦਾਰੀ ਨਾਲ ਲਗਾਉਣਾ ਚਾਹੀਦਾ ਪਰ ਜੇਕਰ ਕੋਈ ਕੋਈ ਧੋਖੇਬਾਜ਼ ਹੋਵੇ ਤਾਂ ਫਿਰ ਉਹ ਵਫਾਦਾਰੀਆਂ ਕੀਤੀਆਂ ਵੀ ਦੁਖ ਦਿੰਦੀਆਂ ਬਿਲਕੁਲ ਤੁਹਾਡੀ ਗੱਲ ਸਹੀ ਆ ਜੀ ਤੇ ਇੱਕ ਹੋਰ ਸੁਣਾਵਾਂ ਕਹਿੰਦੇ ਉਮੀਦ ਰੱਖਣੀ ਚੰਗੀ ਹੁੰਦੀ ਹੈ ਬਿਲਕੁਲ ਰੱਖਣੀ ਚਾਹੀਦੀ ਹੈ ਉਮੀਦ ਕਰਨੀ ਉਮੀਦ ਰੱਖਣੀ ਚੰਗੀ ਹੁੰਦੀ ਹੈ ਪਰ ਹਰ ਕਿਸੇ ਤੋਂ ਨਹੀਂ ਹੂੰ ਇਹ ਤਾਂ ਗੱਲ ਸਹੀ ਆ ਹਾਂ ਵੀ ਬੰਦੇ ਇੱਕ ਬੰਦੇ ਨੂੰ ਵੇਖੋ ਪਹਿਲਾਂ ਤਾਂ ਜੀ ਤੁਸੀਂ ਕਿਸੇ ਦੇ ਵੀ ਕੰਮ ਆਓ ਇਹ ਵੀ ਗੱਲ ਬੇਨਤੀ ਆ ਜੀ ਐਂ ਹੀ ਨਾ ਕਰੀਓ ਵੀ ਉਹ ਮੇਰੇ ਕੰਮ ਆਉ ਤੁਸੀ ਆਪ ਕੀਦੇ ਕੰਮ ਆਉਨੇ ਹੋ ਹਾਂ ਬਿਲਕੁਲ ਸਹੀ ਤੇ ਤੁਸੀਂ ਬੰਦਾ ਜਿਹੜਾ ਵੀ ਰਿਸ਼ਤਾ ਨਿਭਾਉਣ ਦੀ ਕੋਸ਼ਿਸ਼ ਕਰਦਾ ਆਪ ਉਹਦੇ ਲਈ ਕੀ ਕਰਦੇ ਹੋ ਜੀ ਜੇਕਰ ਉਹ ਫੋਨ ਕਰਦਾ ਤੁਸੀਂ ਆਪ ਕਰਦੇ ਹੋ ਜੇਕਰ ਉਹ ਤੁਹਾਡੇ ਲਈ ਕੁਝ ਕਰਨ ਦਾ ਤੁਸੀਂ ਆਪ ਉਮੀ ਕਰਦੇ ਹੋ ਜੇਕਰ ਉਹ ਲੋੜ ਵੇਲੇ ਤੁਹਾਡੇ ਕੰਮ ਆਉਂਦਾ ਕੀ ਤੁਸੀਂ ਅਗਲੇ ਨੂੰ ਜਦੋਂ ਲੋੜ ਪੈਂਦੀ ਹੈ ਉਦੋਂ ਕੰਮ ਆਉਂਦੇ ਹੋ ਤੇ ਜੇ ਐਂ ਕਰੀ ਜਾਂਦੇ ਆ ਉਹਦਾ ਤਾਂ ਫਰਜ਼ ਬਣਦਾ ਨਾ ਉਹਨੂੰ ਤਾਂ ਐ ਕਰਨਾ ਚਾਹੀਦਾ ਨਾ ਕਿ ਤਾਂ ਉਹਦੇ ਹਿੱਸੇ ਚ ਆਉਂਦੀਆਂ ਗੱਲਾਂ ਉਹਨੂੰ ਡਾਕਟਰ ਨੇ ਕਿਹਾ ਬਿਲਕੁਲ ਸਹੀ ਹਾਂ ਕੁਝ ਆਪ ਕਰੋ ਕੁਝ ਅਗਲੇ ਨਾ ਕਰੋ ਹਾਂ ਬਿਲਕੁਲ ਜੀ ਫੇਰ ਨਿਭਦੀ ਆ ਹਾਂ ਬਸ ਇਧਰੋਂ ਕੁਝ ਇਧਰੋਂ ਜੇ ਕੋਈ ਵਫਾਦਾਰੀ ਨਾਲ ਤੁਹਾਡੇ ਵੱਲ ਇੱਕ ਕਦਮ ਬਤਾਏ ਤਾਂ ਤੁਸੀਂ 10 ਵਧਾ ਦਿਓ ਪਰ ਜੇਕਰ ਕੋਈ ਇੱਕ ਕਦਮ ਪਿੱਛੇ ਹੋਏ ਤਾਂ 100 ਕਦਮ ਪਿੱਛੇ ਵੀ ਬਿਲਕੁਲ ਸਹੀ ਗੱਲ ਆ <laughs> ジャンチダアミちゃん。 ਹਰਮਨ ਜੀ ਹੁਣ ਤੱਕ ਪੜੀ ਗਏ ਆ ਨਿੱਕੇ ਹੁੰਦੇ ਤੋਂ ਲੈ ਕੇ ਹੁਣ ਤੱਕ ਬੱਚੇ ਦੋ ਹੀ ਕਾਫੀ ਹੋਰਾਂ ਤੋਂ ਮਾਫੀ ਹਾਂ ਬੱਚੇ ਦੋ ਹੀ ਕਾਫੀ ਹੋਰਾਂ ਤੋਂ ਮਾਫੀ ਜੀ ਟੱਕਾਂ ਪਿੱਛੇ ਵੀ ਲਿਖਿਆ ਹੁੰਦਾ ਤਾਂ ਟੱਕਾਂ ਦੇ ਪਿੱਛੇ ਵੀ ਲਿਖਿਆ ਹੈਗਾ ਵੀ ਭਾਈ ਬੱਚੇ ਸਿਰਫ ਦੋ ਹੀ ਕਾਫੀ ਤੇ ਹੋਰਾਂ ਤੋਂ ਮਾਫੀ ਪਰ ਗੱਲ ਇਹ ਵੀ ਇੱਕ ਕਮਾਲ ਹੋ ਗਈ ਆ ਭਾਰਤਰੇ ਤਾਂ ਮੈਂ ਨਾ ਵੀ ਤਰੱਕੀ ਦਾ ਝੰਡਾ ਹੀ ਘਟਦਾ ਜੀ ਕਹਿੰਦੇ ਸਾਰੇ ਪਿੱਛੇ ਛੱਡਦੇ ਮੈਂ ਨਾ ਸਭ ਪਿੱਛੇ ਛੱਡਦੇ ਕਿਸੇ ਨਾ ਕਿਸੇ ਮਾਮਲੇ ਦੇ ਵਿੱਚ ਤਾਂ ਅਸੀਂ ਅੱਗੇ ਨਿਕਲੇ ਹਾਂ ਆਪੇ ਹੀ ਨਿਕਲ ਕੇ ਸੋਤੇ ਸੱਦੀ ਨਿਕਲ ਗਏ ਅੱਗੇ ਜੀ 3 ਲੱਖ ਅੱਗੇ ਨਿਕਲ ਗਏ ਹ ਕਹਿੰਦੇ ਵੀ ਵਿਕਾਸ ਨਹੀਂ ਹੁੰਦਾ 30 ਲੱਖ ਵਿਕਾਸ ਆ ਇਹ ਹੂੰ ਬਿਲਕੁਲ ਸਹੀ ਹੈ ਤੁਸੀਂ ਵੇਖੋ ਕਿ ਇਹ ਆਬਾਦੀ ਦੇ ਮਾਮਲੇ ਦੇ ਵਿੱਚ ਭਾਰਤ ਪਹਿਲੇ ਨੰਬਰ ਦੇ ਉੱਪਰ ਆ ਗਿਆ ਹੈ ਜਨਸੰਖਿਆ ਦੀ ਗੱਲ ਕਰਾਂ ਜੇ ਤਾਂ ਅੰਕੜੇ ਕਹਿੰਦੇ ਨੇ ਕਿ 142 ਕਰੋੜ ਹੂੰ ਲੋਕ ਜਿਹੜੇ ਆ 142 ਕਰੋੜ 80 ਲੱਖ ਦੇ ਨੇ ਲਗਭਗ 143 ਕਰੋੜ ਭਾਰਤ ਦੀ ਆਬਾਦੀ ਹੋ ਗਈ ਹੈ ਜੀ ਤੇ ਇੱਕ ਹੋਰ ਜਾਣਕਾਰੀ ਦਿੰਨਾ ਹੂੰ ਦੁਨੀਆ ਦੀ ਆਬਾਦੀ ਲਗਭਗ 800 ਕਰੋੜ ਜੀ ਦੁਨੀਆ ਦੀ 800 ਕਰੋੜ ਆ ਭਾਰਤ ਦੀ ਆਬਾਦੀ 143 ਕਰੋੜ ਆ ਭਾਰਤ ਦੁਨੀਆ ਦੇ ਵਿੱਚ ਪਹਿਲੇ ਨੰਬਰ ਦੇ ਉੱਤੇ ਆ ਗਿਆ ਤੇ ਚੀਨ ਪਿੱਛੇ ਰਹਿ ਗਿਆ ਜੀ ਤੇ ਜੇਕਰ ਅਸੀਂ ਵੈਸੇ ਦੇਖੀਏ ਨਾ ਹੁਣ ਤਾਂ ਇਹਦਾ ਮਤਲਬ ਇਹ ਆ ਵੀ ਪੂਰੀ ਦੁਨੀਆ ਦੇ ਵਿੱਚ ਹਰ ਪੰਜਵਾਂ ਬੰਦਾ ਭਾਰਤੀ ਆ ਜੀ ਮੈਂ ਇੱਕ ਹੋਰ ਜਾਣਕਾਰੀ ਹਾਸਲ ਕੀਤੀ ਅੱਜ ਅੱਜ ਮੈਂ ਕਾਫੀ ਪੜਿਆ ਇਹਦੇ ਬਾਰੇ ਕਹਿੰਦੇ ਵੀ ਭਾਰਤ ਦੇ ਵਿੱਚ ਔਸਤਨ ਇੱਕ ਬੰਦੇ ਦਾ ਕੱਦ ਆ ਜਿਹੜਾ ਜੇਕਰ ਸਵਾ 5 ਜਾਂ 5.5 ਫੁੱਟ ਤੁਸੀਂ 5.5 ਫੁੱਟ ਦਾ ਬੰਨੋ ਇੱਕ ਬੰਦਾ ਜੇ ਬੰਦੇ ਤੇ ਬੰਦਾ ਖੜਾ ਕਰ ਦਗੇ ਬੰਦੇ ਤੇ ਬੰਦਾ ਖੜਾ ਕਰ ਦਗੇ ਬੰਦੇ ਤੇ ਬੰਦਾ ਖੜਾ ਕਰ ਦਗੇ ਤਾਂ ਇਹ ਇੰਨੀ ਲੰਬਾਈ ਇੰਨੀ ਉਚਾਈ ਬਣ ਜਾਂਦੀ ਆ ਹੂੰ ਵੀ ਚੰਦ ਤੋਂ ਵੀ 6 ਗੁਣਾ ਅਗੇ ਨਿਕਲ ਜਾਣਾ ਸੀ ਜਿਹੜੇ ਤੁਸੀਂ ਅੰਕੜੇ ਦੀ ਗੱਲ ਕੀਤੀ ਹੈ 143 ਕਰੋੜ ਲੋਕਾਂ ਦੀ ਜਿਹੜੀ ਲੰਬਾਈ ਹੈ 5.5 ਫੁੱਟ ਦੇ ਹਿਸਾਬ ਦੇ ਨਾਲ ਇਹ 7.86 ਅਰਬ ਫੁੱਟ ਬਣਦੀ ਹੈ ਯਾਨੀ ਕਿ ਤਕਰੀਬਨ 24 ਲੱਖ ਕਿਲੋਮੀਟਰ 24 ਲੱਖ ਕਿਲੋਮੀਟਰ ਲੰਮੇ ਅਸੀਂ ਭਾਰਤੀ ਲੋਕ ਜੀ ਤੇ ਜੇ ਧਰਤੀ ਤੋਂ ਚੰਦ ਦੀ ਦੂਰੀ ਦੀ ਗੱਲ ਕਰੀਏ ਤਾਂ ਉਹ 384000 ਕਿਲੋਮੀਟਰ ਹੈ ਤੇ ਮਤਲਬ ਇਹ ਵੀ ਜੇਕਰ ਬੰਦੇ ਤੇ ਬੰਦਾ ਖੜਾ ਲਈਏ ਬੰਦੇ ਦੇ ਸਿਰ 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 ਤੇ ਬੰਦਾ ਖੜਾ ਤੇ ਤਾਂ ਚੰਦ ਦੇ ਕੋਲ ਤੁਸੀਂ ਸ਼ੂ ਕਰਕੇ ਨਿਕਲ ਜਾਣਾ 6 ਗੁਣਾ ਅੱਗੇ 6 ਗੁਣਾ ਅੱਗੇ ਨਿਕਲ ਜਾਣਾ ਤੇ ਸਾਨੂੰ ਪਹਿਲਾਂ ਹੀ ਪਤਾ ਸੀ ਅਸੀਂ ਪਹਿਲਾਂ ਹੀ ਗਾਣੇ ਬਣਾਤੇ ਕਿ ਫੇ ਚੰਡ ਤੇ ਪਲਾਟ ਫਰੇ ਲੈਣ ਨੂੰ ਤੇ ਜੇ ਵਿੱਚ ਭਾਨ ਖੜਕੇ ਅਸੀਂ ਤਾਂ ਚੰਦ ਨੂੰ ਪਹਿਲਾਂ ਹੀ ਕੋਲੋਂਾਂ ਕਰਦੇ ਆ ਅ ਸਾਨੂੰ ਪਤਾ ਸੀ ਵੀ ਚੰਦ ਨੂੰ ਕਰਾਸ ਕਰ ਜਾਣਾ ਹਾਂ ਚੰਦ ਨੂੰ ਪਾਰ ਕਰਕੇ ਜਾਵਾਂਗੇ ਕਰ ਗਏ ਕਰ ਗਏ ਕਹਿੰਦੇ ਚੰਨ ਦਾ ਮਤਲਬ ਅਸੀਂ ਤਾਂ ਵਿਗਿਆਨ ਦੇ ਮਾਮਲੇ ਦੇ ਵਿੱਚ ਅਕਸਰ ਕਹਿੰਦੇ ਆ ਨਾ ਵੀ ਹੁਣ ਤਾਂ ਚੰਨ ਵੀ ਜਿੱਤ ਲਿਆ ਅਸੀਂ ਚੰਨ ਤੇ ਵੀ ਪਹੁੰਚ ਗਏ ਇਸ ਤੋਂ ਚੰਦ ਤੋਂ ਵੀ گاਉਂ ਪਹੁੰਚ ਗਏ ਬਿਲਕੁਲ ਚੰਦ ਤੋਂ ਵੀ 6 ਗੁਣਾ ਅੱਗੇ ਨਿਕਲ ਗਏ ਆ ਕਮਾਲ ਹੋ ਗਈ ਅਸੀਂ ਐਂ ਹੁੰਨੇ ਆ ਜੀ ਅਸੀਂ ਕਿਸੇ ਨਾ ਕਿਸੇ ਮਾਮਲੇ 'ਚ ਤਾਂ ਅੱਗੇ ਆਏ ਆ ਨਾ ਹਾਂ 30 ਲੱਖ ਤਾਂ ਇਹ ਵੈਸੇ ਅੰਕੜਾ ਆਇਆ ਸਭ ਨੂੰ ਮੈਨੂੰ ਲੱਗਦਾ ਕਿ ਜਦੋਂ ਤੱਕ ਇਹ ਪ੍ਰੋਗਰਾਮ ਵੱਖ-ਵੱਖ ਮਾਧਿਅਮਾਂ ਰਾਹੀਂ ਦਰਸ਼ਕਾਂ ਤੱਕ ਪਹੁੰਚਣਾ ਹੈ ਉਦੋਂ ਤੱਕ ਤਾਂ ਕਿਤੇ ਹੀ ਗਾਹ ਨਿਕਲ ਜਾਣਾ ਹੈ ਜੇ ਹੋਰ ਗੱਲ ਦੱਸਦਾ ਵੀ ਇਹ ਜਿਹੜੀ ਮਰਦਮਸ਼ੁਮਾਰੀ ਆ ਇਹ ਕਿਹੜਾ ਪੰਜਾਂ ਮਿੰਟਾਂ ਚ ਹੋ ਜਾਂਦੀ ਹੈ ਇਹ ਕਈ ਵਾਰੇ ਲੱਗਦੇ ਆ ਮੰਨ ਲਓ ਇੱਥੋਂ ਤੁਰੇ ਤੇ ਸਾਰੀ ਦੁਨੀਆ ਨੂੰ ਘੁੰਮ ਕੇ ਤੇ ਜਦੋਂ ਇੱਥੇ ਹੀ ਆਏ ਔਰ ਤਾਂ ਕਈ ਸਾਲ ਲੱਗੇ ਤਾਂ 30 ਲੱਖ ਪਤਾ ਨਹੀਂ 60 ਹੋ ਗਏ ਹੁਣ ਸਹੀ ਗੱਲ ਹੈ ਮਤਲਬ ਇਹ ਕਿਹੜਾ ਕੋਈ ਘੰਟੇ ਦੀ ਗੱਲ ਆ ਵੀ ਪਾਈ ਕੰਪਿਊਟਰ ਦੇ ਉੱਤੇ ਅੰਕੜਾ ਆ ਗਿਆ ਚੋਣਾ ਇਹ ਵੀ ਅਬਾਦੀ ਨੂੰ ਕਾਬੂ ਦੇ ਵਿੱਚ ਰੱਖਣਾ ਬਹੁਤ ਵੱਡੀ ਜ਼ਰੂਰਤ ਹੈ ਭਾਰਤ ਦੇ ਵਿੱਚ ਆਬਾਦੀ ਵਿਸਫੋਟ ਹੈ ਇਹ ਅਸਲ ਦੇ ਵਿੱਚ ਤੇ ਇਹਦੇ ਕਰਕੇ ਬਹੁਤ ਸਾਰੇ ਮਸਲੇ ਵਿਗੜੇ ਹੋਏ ਆ ਆ ਚੀਨ ਦੇ ਕਿੰਨੇਕ ਕਮਾਲ ਹੋਇਆ ਪਿਆ ਕੰਮ ਜੀ ਜੀ ਤੁਸੀਂ ਇਹ ਵੇਖੋ ਨਾ ਕੱਲੀ ਆਬਾਦੀ ਨਹੀਂ ਵਧੀ ਸਮੱਸਿਆਵਾਂ ਵੀ ਵਧ ਗਈਆਂ ਟਾਣਾ ਸਾਹਿਬ ਆਪਾਂ ਬੇਰੋਜ਼ਗਾਰੀ ਦੀ ਗੱਲ ਕਰਦੇ ਹਾਂ ਪਰ ਸਿਹਤ ਸਹੂਲਤਾਂ ਦੀ ਘਾਟ ਦੀ ਗੱਲ ਕਰਦੇ ਹਾਂ ਜਿਵੇਂ ਜਿਵੇਂ ਇਨਸਾਨ ਵਧੇ ਨੇ ਆਬਾਦੀ ਵਧੀ ਐ ਤੇਵੇਂ ਤੇਵੇਂ ਬੇਰੋਜ਼ਗਾਰੀ ਵੀ ਤਾਂ ਵਧੀ ਤੇਵੇਂ ਤੇਵੇਂ ਜਿਹੜੀਆਂ ਸਹੂਲਤਾਂ ਨੇ ਉਹਨਾਂ ਦੀ ਘਾਟ ਵੀ ਤਾਂ ਹੋਰ ਜ਼ਿਆਦਾ ਹੋਈ ਸੋ ਕੱਲੀ ਆਬਾਦੀ ਨਹੀਂ ਵਧੀ ਭਾਰਤ ਦੇ ਵਿੱਚ ਸਮੱਸਿਆਵਾਂ ਵੀ ਨਾਲੋਂ ਨਾਲ ਕਿੰਨੇ ਗੁਣਾ ਵਧ ਗਈਆਂ ਤੇ ਬਿਲਕੁਲ ਜੀ ਇਹ ਵਧਣੀਆਂ ਹੀ ਸੀ ਜਦੋਂ ਇੱਕ ਘਰ ਦੇ ਵਿੱਚ ਬੱਚੇ ਦੋ ਹੀ ਕਾਫੀ ਤੇ ਬਾਕੀਆਂ ਤੋਂ ਮਾਫੀ ਕਹੀਏ ਤੇ ਬੱਚੇ 4-4 ਹੋਣਗੇ ਬੱਚੇ 6-6 ਹੋਣਗੇ ਕਈ ਥਾਵਾਂ ਤੇ ਮੈਨੂੰ ਉਦੋਂ ਹੈਰਾਨੀ ਹੁੰਦੀ ਆ ਵੀ ਜਦੋਂ ਪੁੱਤ ਦੀ ਝਾਕ ਦੇ ਵਿੱਚ 4 ਧੀਆਂ ਹੋਈਆਂ ਤੇ ਜਦੋਂ 3 ਹੋ ਗਈਆਂ 2 ਹੋ ਗਈਆਂ 3 ਹੋ ਗਈਆਂ ਤੇ ਉਹ ਕੋੜਾ ਪੁੱਤ ਨਾਲੋਂ ਘੱਟ ਆ। ਕਈ ਥਾਵਾਂ ਦੇ ਉੱਤੇ ਦੇਖਦੇ ਨੇ ਜੀ ਕਿ ਬੱਚੇ ਜਿਹੜੇ 5 5 6 6 7 7 ਵੀ ਹੈਗੇ ਆ ਉਹਨਾਂ ਨੂੰ ਫਿਕਰ ਹੀ ਨਹੀਂਗਾ ਵੀ ਭਾਈ ਅਸੀਂ ਇਹਨਾਂ ਬੱਚਿਆਂ ਦਾ ਆਪਾਂ ਵਕੀਮੇ ਬਣਾਉਣਾ। ਪਰ ਗੱਲ ਇਹ ਟਾਣਾ ਸਾਹਿਬ ਜੇਕਰ ਤੁਸੀਂ ਬੱਚੇ ਨੂੰ ਪੜਾ ਲਖਾ ਸਕਦੇ ਹੋ ਵਧੀਆ ਤਰੀਕੇ ਦੇ ਨਾਲ ਜੇ ਪਾਲਣ ਪੋਸ਼ਣ ਚੰਗਾ ਕਰ ਸਕਦੇ ਹੋ ਤਾਂ ਕੋਈ ਮੈਨੂੰ ਲੱਗਦਾ ਵੀ ਠੀਕ ਹੈ ਤੁਸੀਂ ਬੱਚਿਆਂ ਨੂੰ ਇੱਕ ਚੰਗਾ ਜੀਵਨ ਦੇ ਰਹੇ ਹੋ ਤਾਂ ਠੀਕ ਆ ਭਾਵੇਂ ਤਿੰਨ ਹੋਣ ਚਾਰ ਹੋਣ। ਪਰ ਜੇਕਰ ਤੁਹਾਨੂੰ ਇਹ ਪਤਾ ਵੀ ਮੈਨੂੰ ਤਾਂ ਖਾਣ ਨੂੰ ਰੋਟੀ ਨਹੀਂ ਲੱਭਦੀ। ਮੈਂ ਤਾਂ ਬਹੁਤ ਮੁਸ਼ਕਲ ਨਾਲ ਆਪਣਾ ਆਨੇ ਹੁਣ ਫਿਰ ਥੋੜਾ ਐਸਾ ਨੂੰ ਸੋਚਣਾ ਚਾਹੀਦਾ ਬਿਲਕੁਲ ਸਹੀ ਗੱਲ ਆ ਆ ਦੀ ਹਾਜ਼ਰ ਹੈ ਚੰਚੀ ਦਾ ਮੀਚਾ ਹਰਮਨਜੀ ਜਿਹੜੀ ਉਹ ਦਰਬਾਰ ਸਾਹਿਬ ਦੇ ਵਿੱਚ ਕੁੜੀ ਮੱਥਾ ਟੇਕਣ ਆਈ ਸੀ ਨਾ ਉਹਦੇ ਬਾਰੇ ਨਵੀਂ ਜਾਣਕਾਰੀ ਆਈ ਆ ਜੀ ਉਹ ਕੁੜੀ ਮੀਡੀਆ ਦੇ ਵਿੱਚ ਆਈ ਆ ਉਸ ਕੁੜੀ ਨੇ ਆਪਣਾ ਮੂੰਹ ਮਾਸਕ ਦੇ ਨਾਲ ਢੱਕ ਕੇ ਤੇ ਇੰਟਰਵਿਊ ਦਿੱਤੀ ਆ ਠੀਕ ਉਹਦਾ ਨਾਂ ਹੈਗਾ ਸੰਦਲੀ ਮਹਿਤਾ ਉਹ ਕੁੜੀ ਜਿਹਦੇ ਬਾਰੇ ਖਬਰਾਂ ਇਹ ਆਈਆਂ ਵੀ ਜਿਹਨੇ ਗੱਲ ਦੇ ਉੱਤੇ ਝੰਡਾ ਬਣਾਇਆ ਸੀ ਜਿਹੜੀ ਕੁੜੀ ਦੇ ਸਕਰਟ ਪਾਈ ਸੀ ਵਿੱਚ ਮੀਡੀਆ ਦੇ ਖਬਰਾਂ ਆ ਜਿਹਨੂੰ ਕਿ ਸੇਵਾਦਾਰ ਦੇ ਵੱਲੋਂ ਰੋਕਿਆ ਗਿਆ ਸੀ ਤੇ ਸੇਵਾਦਾਰ ਨੇ ਗੱਲ ਕਹੀ ਸੀ ਕਿ ਇਹ ਭਾਰਤ ਨਹੀਂ ਪੰਜਾਬ ਆ ਸੋ ਉਸ ਤੋਂ ਬਾਅਦ ਕਈ ਤਰ੍ਹਾਂ ਦੇ ਵਿਵਾਦ ਚੱਲੇ ਸੀ ਕਈਆਂ ਨੇ ਕੁੜੀ ਨੂੰ ਗਲਤ ਕਿਹਾ ਕਈਆਂ ਨੇ ਸੇਵਾਦਾਰ ਨੂੰ ਗਲਤ ਕਿਹਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਵੀ ਇਹ ਗੱਲ ਕਹੀ ਸੀ ਕਿ ਭਾਈ ਇਸ ਮੁੱਦੇ ਨੂੰ ਇਸ ਪ੍ਰਸੰਗ ਦੇ ਵਿੱਚ ਤੁਲਨਾ ਨਾ ਦਿਓ ਵੀ ਆਪਾਂ ਸਿੱਖਾਂ ਦੇ ਬਾਰੇ ਕਿੰਤੂ ਕਰਨੀ ਬੰਦ ਕਰੀਏ ਵੀ ਇਹ ਇੱਕ ਵਿਅਕਤੀ ਵਿਸ਼ੇਸ਼ ਦੇ ਨਾਲ ਹੋਈ ਗਈ ਗੱਲਬਾਤ ਆ ਨਾ ਕਿ ਆਪਾਂ ਕਹਿ ਲਈਏ ਵੀ ਭਾਈ ਕੁੜੀ ਨੇ ਆ ਕਿ ਆ ਬੰਦੇ ਨੇ ਆ ਕਿ ਫਲਾਣਾ ਹੈ ਢਿੰਗੜਾ ਹੈ ਸੋ ਮਾੜੇ ਸ਼ਬ ਵਰਤਨੇ ਚਾਹੀਦੇ ਪਰ ਉਸ ਕੁੜੀ ਨੇ ਹੁਣ ਮਾਫੀ ਮੰਗੀ ਆ ਉਹਨੇ ਕਹੇ ਜੀ ਅਸੀਂ ਵੈਸੇ ਸ਼੍ਰੋਮਣੀ ਕਮੇਟੀ ਤੋਂ ਵੀ ਮਾਫੀ ਮੰਗ ਚੁੱਕੇ ਆ ਸ਼੍ਰੋਮਣੀ ਕਮੇਟੀ ਨੇ ਗੱਲ ਕਹੀ ਹੈ ਜੀ ਕਿ ਤੁਸੀਂ ਦਰਬਾਰ ਸਾਹਿਬ ਦੁਬਾਰਾ ਮੱਥਾ ਟੇਕਣ ਆਓ ਉਹਨੇ ਕਹੇ ਜੀ ਕਿ ਮੈਂ ਉਸ ਵੇਲੇ ਵੀਡੀਓ ਦੇ ਵਿੱਚ ਬਕਵਾਸ ਸ਼ਬਦ ਵਰਤ ਬੈਠੀ ਮੈਨੂੰ ਇਸ ਗੱਲ ਦੇ ਉਤੇ ਦੁੱਖ ਆ ਮੈਂ ਇਸ ਗੱਲ ਦੀ ਗਲਤੀ ਮਹਿਸੂਸ ਕਰਦੀ ਆ ਵੀ ਭਾਈ ਮੈਨੂੰ ਇਹਦਾ ਨਹੀਂ ਸੀ ਕਹਿਣਾ ਚਾਹੀਦਾ ਪਰ ਮੈਂ ਉਹਦਾ ਗੁੱਸੇ ਦੇ ਵਿੱਚ ਕਹਿ ਬੈਠੀ ਉਹਨੇ ਕਹੇ ਜੀ ਜਿਹੜੀ ਮੇਰੀ ਸਕਰਟ ਦਾ ਰੌਲਾ ਸੀ ਜਾਂ ਜਿਹੜਾ ਝੰਡੇ ਦਾ ਰੌਲਾ ਸੀ ਉਹ ਮੈਂ ਸਾਰਾ ਕੁਝ ਸ਼੍ਰੋਮਣੀ ਕਮੇਟੀ ਨੂੰ ਦੱਸ ਦਿੱਤਾ ਇਹ ਮੈਂ ਵਾਰ-ਵਾਰ ਚੇਤਾਰਨਾ ਨਹੀਂ ਚਾਹੁੰਦੀ ਪਰ ਗੱਲ ਇਹ ਵੀ ਸਾਡੇ ਕੋਲੋਂ ਗਲਤੀ ਹੋਈ ਹੈ ਤਾਂ ਮੈਂ ਉਹਦੇ ਲਈ ਮਾਫੀ ਮੰਗਦੀ ਹਾਂ ਦੇਖੋ ਮਾਫੀ ਮੰਗ ਲੈਣੀ ਮੈਨੂੰ ਲੱਗਦਾ ਹੈ ਕਿ ਇੱਕ ਚੰਗੀ ਚੀਜ਼ ਹੈ ਜੇਕਰ ਤੁਹਾਨੂੰ ਆਪਣੀ ਗਲਤੀ ਦਾ ਅਹਿਸਾਸ ਹੋ ਜਾਂਦਾ ਹੈ ਤਾਂ ਮਾਫੀ ਜਿਹੜੀ ਉਹ ਬਹੁਤ ਚੰਗੀ ਚੀਜ਼ ਹੈ ਪਰ ਟਾਣਾ ਸਾਹਿਬ ਗੱਲ ਇਹ ਵੀ ਹੈ ਜੇਕਰ ਆਪਾਂ ਇਸ ਪੂਰੇ ਮਾਮਲੇ ਨੂੰ ਵੇਖੀਏ ਦੇਖੋ ਜੋ ਅਸਲ ਦੇ ਵਿੱਚ ਉੱਥੇ ਵਾਪਰਿਆ ਇਹ ਜਾਂ ਤਾਂ ਉਹ ਸੇਵਾਦਾਰ ਉਹ ਸ਼ਖਸ ਜਾਣਦਾ ਹੈ ਜਾਂ ਫਿਰ ਇਹ ਕੁੜੀ ਤੇ ਦੇ ਪਰਿਵਾਰਕ ਜੀ ਜਾਣਦੇ ਨੇ ਜਦੋਂ ਵੀ ਆਪਾਂ ਵੇਖਦੇ ਹਾਂ ਇੱਕ ਆਂ ਗੱਲਾਂ ਉਹਦੇ ਵਿੱਚ ਰਲਦੀਆਂ ਜਾਂਦੀਆਂ ਨੇ ਰਲਦੀਆਂ ਜਾਂਦੀਆਂ ਨੇ ਇਸ ਲਈ 100% ਦੀ ਕੌਣ ਸਹੀ ਹੈ ਤੇ ਕੌਣ ਗਲਤ ਹੈ ਇਹ ਆਪਾਂ ਅੰਦਾਜ਼ਾ ਨਹੀਂ ਲਗਾ ਸਕਦੇ ਆਪਾਂ ਕਿਸੇ ਨੂੰ ਵੀ 100% ਦੀ ਸਹੀ ਨਾ ਕਹੀਏ ਤੇ ਕਿਸੇ ਨੂੰ ਵੀ 100% ਦੀ ਗਲਤ ਨਾ ਕਹੀਏ ਔਰ ਦੂਸਰੀ ਚੀਜ਼ ਪੂਰੀ ਦੀ ਪੂਰੀ ਜੇਕਰ ਮੈਂ ਸਿੱਖ ਭਾਈਚਾਰੇ ਦੀ ਗੱਲ ਕਰਾਂ ਸਿੱਖ ਕਮਿਊਨਿਟੀ ਦੀ ਗੱਲ ਕਰਾਂ ਤਾਂ ਸਾਰਿਆਂ ਨੂੰ ਇੱਕ ਰੱਸੇ ਬੰਨ੍ਹ ਦੇਣਾ ਤੇ ਤਰ੍ਹਾਂ ਤਰ੍ਹਾਂ ਦੇ ਉਹਨਾਂ ਦੇ ਉੱਪਰ ਟਿੱਪਣੀਆਂ ਕਰਨੀਆਂ ਸੋਸ਼ਲ ਮੀਡੀਆ ਦੇ ਉੱਪਰ ਜਾ ਕੇ ਦੇ ਤਰ੍ਹਾਂ ਤਰ੍ਹਾਂ ਦੀਆਂ ਗੱਲਾਂ ਕਰਨੀਆਂ ਇਹ ਕਿਸੇ ਨੂੰ ਵੀ ਸੋਪਦੀਆਂ ਨਹੀਂ ਆ ਜੋ ਉੱਥੇ ਸੇਵਾਦਾਰ ਨੇ ਕੀਤਾ ਜੋ ਉਹਨੂੰ ਠੀਕ ਲੱਗਿਆ ਉਹਨੇ ਉਹ ਕੀਤਾ ਔਰ ਜੋ ਕਹਿ ਲਓ ਵੀ ਜਿਵੇਂ ਆਪਾਂ ਅਕਸਰ ਕਹਿੰਦੇ ਆ ਵੀ ਹਰ ਇੱਕ ਧਾਰਮਿਕ ਸਥਾਨ ਦੀ ਆਪਣੀ ਇੱਕ ਮਰਿਆਦਾ ਹ ਮਖ ਰੱਖਦੇ ਆ ਜੋ ਕੋ ਜੋ ਨੇ ਕੀਤਾ ਉਸ ਵੇਲੇ ਉਹਨੂੰ ਸਹੀ ਲੱਗਿਆ ਹੈ ਨਾ ਬਿਲਕੁਲ ਜੀ ਉਹਦੇ ਹੱਕ ਦੇ ਵਿੱਚ ਵੀ ਬਹੁਤ ਸਾਰੇ ਲੋਕ ਤੇ ਬਹੁਤ ਸਾਰੇ ਲੋਕਾਂ ਨੇ ਸੇਵਾਦਾਰ ਤੇ ਕਿੰਤੂ ਵੀ ਕੀਤੀ ਤੇ ਬੜੀ ਵੱਡੀ ਗਿਣਤੀ ਦੇ ਵਿੱਚ ਲੋਕਾਂ ਨੇ ਕੁੜੀ ਦੇ ਉੱਤੇ ਵੀ ਕਿੰਤੂ ਕੀਤੀ ਆ ਵੀ ਭਾਈ ਪਹਿਰਾਵੇ ਦਾ ਖਿਆਲ ਰੱਖਣਾ ਚਾਹੀਦਾ ਜੀ ਅਸੀਂ ਕਿਸੇ ਵੀ ਧਾਰਮਿਕ ਥਾਂ ਤੇ ਜਾਂਦੇ ਕੋਈ ਘੁੰਮਣ ਫਿਰਨ ਲਈ ਥੋੜੀ ਆਏ ਆ ਅਸੀਂ ਕਿਹੜਾ ਬੀਚ ਤੇ ਆਏ ਆ ਵੀ ਜਿਹੋ ਜੇ ਲੀੜੇ ਮਿਲੇ ਉਹ ਜੋ ਬੇਟਾ ਵੇਜੇ ਪਾ ਲੈ ਪਰ ਕੁੜੀ ਹੋਵੇ ਜਾਂ ਮੁੰਡਾ ਹੋਵੇ ਜਾਂ ਕੋਈ ਵੀ ਜਾਂਦਾ ਉਹਨੂੰ ਉਸ ਵਕਤ ਨੂੰ ਮੁੱਖ ਰੱਖਣਾ ਚਾਹੀਦਾ ਧਾਰਮਿਕ ਆਸਥਾ ਨਾਲ ਜਾਣਾ ਚਾਹੀਦਾ ਇਹ ਸੈਰ ਸਪਾਟੇ ਦੀਆਂ ਥਾਵਾਂ ਨਹੀਂ ਬਿਲਕੁਲ ਸਹੀ ਭਾਵੇਂ ਕੋਈ ਮੰਦਿਰ ਜਾਵੇ ਭਾਵੇਂ ਕੋਈ ਮਸਜਿਦ ਜਾਵੇ ਭਾਵੇਂ ਕੋਈ ਗਿਰਜਾ ਘਰ ਜਾਵੇ ਭਾਵੇਂ ਕੋ ਡੇਰੇ ਜਾਵੇ ਸਾਨੂੰ ਉਥੋਂ ਦੇ ਨਿਯਮ ਤੇ ਸ਼ਰਤਾਂ ਮੁਤਾਬਕ ਜਾਣਾ ਚਾਹੀਦਾ ਬਿਲਕੁਲ ਸਹੀ ਜੇ ਅਸੀਂ ਦਰਬਾਰ ਸਾਹਿਬ ਦੇ ਵਿੱਚ ਆਏ ਆ ਬਹੁਤ ਵਾਰ ਅਸੀਂ ਦੇਖਿਆ ਇਹ ਮਾਫੀ ਚਾਹੁੰਨੇ ਦੀ ਗੱਲ ਕਿਸੇ ਨੂੰ ਕੌੜੀ ਲੱਗੂਗੀ ਬਹੁਤ ਵਾਰ ਦੇਖਿਆ ਕਈ ਲੋਕਾਂ ਦਾ ਧਿਆਨ ਉੱਥੇ ਮੱਥਾ ਟੇਕਣ ਦੇ ਵੱਲ ਤਾਂ ਹੁੰਦਾ ਹੀ ਨਹੀਂ ਹਾਂ ਜਾਂ ਜੇਕਰ ਮੱਥਾ ਟੇਕਦੇ ਆ ਤੇ ਫਿਰ ਉਹਨਾਂ ਦਾ ਧਿਆਨ ਹੁੰਦਾ ਵੀ ਚਲੋ ਛੇਛਰੀ ਚੱਲ ਗਏ ਤੇ ਫਿਰ ਮੁੜਨਾ ਵੀ ਆ ਜੇਕਰ ਆਏ ਆ ਤਾਂ ਫਿਰ ਉਥੇ ਨਿੱਟ ਕੇ ਅੱਗੇ ਤੇ ਭਿੱਜ ਕੇ ਆ ਗਈ। ਫਿਰ ਉਥੇ 2 4 5 7 10 ਘੰਟੇ ਬਤੀਤ ਕਰਨ ਦਾ ਵਕਤ ਕੱਢ ਕੇ ਆਈ। ਨਾਲੇ ਵੈਸੇ ਵੀ ਟਹਿਣਾ ਸਭ ਅੱਜਕੱਲ ਤਾਂ ਦੁਨੀਆ ਜਿਹੜੀ ਆ ਉਹ ਇੱਕ ਗਲੋਬਲ ਪਿੰਡ ਬਣ ਗਈ ਹੈ ਨਾ ਇੱਕ ਛੋਟਾ ਜਿਹੀ ਛੋਟੀ ਜੀ ਛੋਟਾ ਜਿਹਾ ਪਿੰਡ ਬਣ ਗਈ ਹੈ। ਸੋ ਅੱਜ ਹਰ ਇੱਕ ਚੀਜ਼ ਦੀ ਜਾਣਕਾਰੀ ਸੋਸ਼ਲ ਮੀਡੀਆ ਦੇ ਉੱਪਰ Google ਦੇ ਉੱਪਰ ਹਰ ਇੱਕ ਚੀਜ਼ ਦੀ ਜਾਣਕਾਰੀ ਹੈ। ਜਦੋਂ ਵੀ ਕਿਸੇ ਧਾਰਮਿਕ ਸਥਾਨ ਤੇ ਜਾਂਦੇ ਹੂੰ ਉਹਦੇ ਬਾਬਤ ਉੱਥੇ ਜਾ ਕੇ ਸਾਰਾ ਕੁਝ ਪਤਾ ਕਰਕੇ ਕੀ ਮਰਿਆਦਾ ਹੈ ਕਿਵੇਂ ਜਾਣਾ ਹੈ ਉੱਥੇ ਕੀ ਕੀ ਹੁੰਦਾ ਹੈ ਇਹ ਸਾਰਾ ਕੁਝ ਪਤਾ ਕਰਕੇ ਫਿਰ ਇਨਸਾਨ ਨੂੰ ਜਾਣਾ ਚ ਕੋਈ ਵੀ ਕਿੰਤੂ ਕੋਈ ਵੀ ਵਿਵਾਦ ਪੈਦਾ ਨਾ ਹੋਏ ਬਿਲਕੁਲ ਸਹੀ ਆਦੀ ਹਾਜ਼ਰ ਹੈ ਚੰਚੀ ਦਾ ਵੀਚਾਰ ਹਰਮਨ ਜੀ ਇੱਕ ਬਹੁਤ ਵੱਡੀ ਖਬਰ ਸਾਹਮਣੇ ਆਈ ਹੈ ਜਿਹੜੀ ਕਿ ਸੋਸ਼ਲ ਮੀਡੀਆ ਦੇ ਉੱਤੇ ਵੀ ਤੇ ਬਾਕੀ ਜਿਹੜਾ ਮੀਡੀਆ ਉਹਦੇ ਵਿੱਚ ਵੀ ਸੁਰਖੀਆਂ ਦੇ ਰੂਪ ਦੇ ਵਿੱਚ ਸਾਹਮਣੇ ਆਈ ਹੈ ਜੀ ਕਿਉਂਕਿ ਲਾਰੈਂਸ ਬਸ਼ਨੋਈ ਦਾ ਭਰਾ ਅਨਮੋਲ ਬਿਸ਼ਨੋਈ ਹਮ ਬੇਕਰਟ ਫੀਲਡ ਅਮਰੀਕਾ ਦੇ ਵਿੱਚ ਜੀ ਇੱਕ ਮੰਚ ਦੇ ਉੱਤੇ ਗਾਇਕ ਕਰਨ ਔਜਲਾ ਤੇ ਸ਼ੈਰੀ ਮਾਨ ਦੇ ਨਾਲ ਦਿਸਿਆ ਜੀ ਸਹੀ ਕਿਹਾ ਤੁਸੀਂ ਉੱਥੇ ਇੱਕ ਵਿਆਹ ਦਾ ਪ੍ਰੋਗਰਾਮ ਹੈ ਜਿਹਦੇ ਵਿੱਚ ਕਲਾਕਾਰਾਂ ਦੇ ਵੱਲੋਂ ਪੇਸ਼ਕਾਰੀ ਕੀਤੀ ਜਾ ਰਹੀ ਹੈ ਹਮ ਸਟੇਜ ਦੇ ਉੱਤੇ ਕਈ ਲੋਕ ਖੜੇ ਆ ਉਹਨਾਂ ਦੇ ਵਿੱਚ ਇੱਕ ਅਨਮੋਲ ਬਿਸ਼ਨੋਈ ਵੀ ਆ ਜੀ ਅਨਮੋਲ ਬਿਸ਼ਨੋਈ ਉਹ ਆ ਜਿਨوں ਕੇ ਪੰਜਾਬ ਦੀ ਪੁਲਿਸ ਲੱਭ ਰਹੀ ਹੈ ਅੱਛਾ ਜੀ ਕਦੇ ਖਬਰ ਕੋਈ ਆਉਂਦੀ ਰਹੀ ਹੈ ਕਦੇ ਖਬਰ ਕੋਈ ਆਉਂਦੀ ਰਹੀ ਹੈ ਤੇ ਹੁਣ ਸਵਾਲ ਬਹੁਤ ਵੱਡਾ ਪੈਦਾ ਹੋ ਗਿਆ ਵੀ ਕਰਨ ਔਜਲੇ ਦੀ ਸਟੇਜ ਦੇ ਉੱਤੇ ਅਨਮੋਲ ਬਿਸ਼ਨੋਈ ਕੀ ਕਰਦਾ ਸੀ ਸ਼ਹਿਰੀ ਮਾਨ ਦੀ ਸਟੇਜ ਦੇ ਉੱਤੇ ਅਨਮੋਲ ਬਿਸ਼ਨੋਈ ਕੀ ਕਰਦਾ ਸੀ ਵੀ ਪੈਰੇ ਪਿੱਛੇ ਕਾਰਨ ਕੀ ਆ ਸਬੰਧ ਦੇ ਪਿੱਛੇ ਕੀ ਜੁੜਿਆ ਹੋਊਗਾ ਜੀ ਬਿਲਕੁਲ ਸਹੀ ਕਿਹਾ ਤੁਸੀਂ ਟਾਣਾ ਸਾਹਿਬ ਹਰ ਪਾਸੇ ਇਸ ਚੀਜ਼ ਦੀ ਚਰਚਾ ਹੋ ਰਹੀ ਹੈ ਕਿਉਂਕਿ ਕਿਤਨਾ ਕਿਤੇ ਸਿੱਧੂ ਮੂਸੇਵਾਲਾ ਕਤਲकांड ਦੇ ਨਾਲ ਵੀ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਉਹ ਜੋੜ ਕੇ ਵੇਖੀਆਂ ਜਾ ਰਹੀਆਂ ਨੇ ਲੋਕ ਵੱਖ-ਵੱਖਰੀ ਤਰ੍ਹਾਂ ਦੀ ਪ੍ਰਤੀਕਿਰਿਆ ਦੇ ਰਹੇ ਨੇ ਇਸ ਮਾਮਲੇ ਦੇ ਉੱਪਰ ਪਰ ਹੁਣ ਕਹਿੰਦੇ ਕਰਨ ਔਜਲਾ ਨੇ ਇੱਕ ਸਪਸ਼ਟਿਕਰਨ ਵੀ ਬਿਲਕੁਲ ਜੀ ਕਰਨ ਔਜਲਾ ਨੇ ਇਹ ਗੱਲ ਕਹੀ ਹੈ ਲੰਮੀ ਚੌੜੀ ਪੋਸਟ ਪਾਈ ਆ ਸੋਸ਼ਲ ਮੀਡੀਆ ਦੇ ਉੱਤੇ ਉਹਨਾਂ ਨੇ ਕਿਹਾ ਜੀ ਕਿ ਮੈਂ ਬਹੁਤ ਘੱਟ ਵਿਆਹ ਦੇ ਪ੍ਰੋਗਰਾਮ ਇਸੇ ਕਰਕੇ ਕਰਦਾ ਵੀ ਪਤਾ ਕੋਈ ਨਹੀਂ ਉਨੇ ਇਹ ਗੱਲ ਕਹੀ ਹੈ ਜੀ ਕਿ ਮੈਂ ਜਦੋਂ ਸਟੇਜ ਤੇ ਜਾਂਦਾ ਮੇਰਾ ਧਿਆਨ ਸਿਰਫ ਤੇ ਸਿਰਫ ਆਪਣੀ ਪੇਸ਼ਕਾਰੀ ਦੇ ਵੱਲ ਹੁੰਦਾ ਉਥੇ ਕੌਣ ਆਇਆ ਕਿਹਨੂੰ ਬੁਲਾਇਆ ਕਿਵੇਂ ਆਇਆ ਸਟੇਜ ਤੇ ਕੌਣ ਚੜ ਗਿਆ ਥੱਲੇ ਕੌਣ ਕੀ ਕਰਦਾ ਸਾਨੂੰ ਇਹਦੇ ਬਾਰੇ ਕੋਈ ਗਿਆਨ ਨਹੀਂ ਹੁੰਦਾਗਾ ਉਹ ਕਹਿੰਦਾ ਮੇਰੇ ਵੀ ਧਿਆਨ ਦੇ ਵਿੱਚ ਇਹ ਗੱਲ ਨਹੀਂ ਪਹਿਲਾਂ ਮੈਂ ਇਸ ਗੱਲ ਨੂੰ ਬਹੁਤ ਛੋਟੀ ਸਮਝਿਆ ਵੀ ਮੈਨੂੰ ਕੀ ਪਤਾ ਸਟੇਜ ਦੇ ਉੱਤੇ ਕੌਣ ਆ ਮੈਂ ਤਾਂ ਕਦੇ ਦੇਖਿਆ ਹੀ ਨਹੀਂ ਸੀਗਾ ਪਰ ਬਾਅਦ ਦੇ ਵਿੱਚ ਜਦੋਂ ਇਸ ਮਾਮਲੇ ਦਾ ਰੌਲਾ ਪੈ ਗਿਆ ਸੋਸ਼ਲ ਮੀਡੀਆ ਤੇ ਤਾਂ ਮੈਂ ਇਹ ਸਫਾਈ ਦੇਣੀ ਉਚਿਤ ਸਮਝੀ ਹੈ ਇਸ ਮਸਲੇ ਨੂੰ ਗਲਤ ਰੰਗਤ ਦੇ ਵਿੱਚ ਪੇਸ਼ ਨਾ ਕੀਤਾ ਜਾਵੇ ਪਰ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨੇ ਵੀ ਟਿੱਪਣੀ ਕੀਤੀ ਆ ਉਹਨਾਂ ਨੇ ਇਹ ਗੱਲ ਕਹੀ ਆ ਮੈਨੂੰ ਤਾਂ ਹੁਣ ਸਾਰੇ ਰਲੇ ਮਿਲੇ ਲੱਗਦੇ ਆ ਉਹ ਕਹਿੰਦੇ ਵੀ ਸਰਕਾਰ ਦਾ ਵੀ ਝੂਠ ਸਾਹਮਣੇ ਆ ਗਿਆ ਮੇਰੇ ਰਿਪੋਰਟ ਪੜ੍ਹੀ ਸੀ ਵੀ ਭਾਈ ਅਨਮੋਲ ਬਿਸ਼ਨੋਈ ਨੂੰ ਤਾਂ ਕਾਬੂ ਕੀਤਾ ਹੋਇਆ ਦਿੱਲੀ ਪੁਲਿਸ ਦੇ ਵੱਲੋਂ ਅੱਛਾ ਜੀ ਤੇ ਪਰ ਉਹ ਤਾਂ ਅਮਰੀਕਾ ਦੇ ਵਿੱਚ ਫਿਰਦਾ ਇਹਦਾ ਮਤਲਬ ਇਹ ਆ ਕਿ ਉਹ ਤਾਂ ਪੁਲਿਸ ਦੇ ਹੱਥ ਦੇ ਵਿੱਚੋਂ ਨਿਕਲ ਗਿਆ ਕਹਿੰਦਾ ਵੀ ਮੈਨੂੰ ਕਦੇ ਕਿਹਾ ਜਾਂਦਾ ਕਿ ਤੇਰੇ ਨਾਲ ਪੰਜਾਬ ਸਰਕਾਰ ਦੀ ਮੀਟਿੰਗ ਕਰਾਵਾਂਗੇ ਕਦੇ ਕੋਈ ਗੱਲ ਕਹੀ ਜਾਂਦੀ ਆ ਵੀ ਮੈਂ ਹੈਰਾਨ ਆ ਵੀ ਚੱਲੀ ਕੀ ਕੀ ਜਾਂਦਾ ਮੈਂ ਹੈਰਾਨ ਆ ਵੀ ਭਾਈ ਸਾਡੇ ਨਾਲ ਹੋਈ ਕੀ ਕੀ ਜਾਂਦਾ ਹੁਣ ਦੇਖਣਾ ਇਹ ਹੋਏਗਾ ਕਿਉਂਕਿ ਹਰ ਬੰਦਾ ਇਹ ਕਹਿੰਦਾ ਇਨਸਾਫ ਹੋਣਾ ਚਾਹੀਦਾ ਆਪਾਂ ਵੀ ਇਹੀ ਕਹਿੰਨੇ ਆ ਕਿ ਜਦੋਂ ਵੀ ਕਿਤੇ ਵੀ ਕੋਈ ਵੀ ਘਟਨਾ ਵਾਪਰਦੀ ਹੈ ਤਾਂ ਉਹ ਸਬੰਧਤ ਮਾਮਲੇ ਦੇ ਵਿੱਚ ਜਿਹੜਾ ਪੀੜਤ ਪਰਿਵਾਰ ਹੈ ਜਿਹੜੀ ਪੀੜਤ ਧਿਰ ਹੈ ਉਹਨੂੰ ਇਨਸਾਫ ਮਿਲਣਾ ਚਾਹੀਦਾ ਤੇ ਇਨਸਾਫ ਜ਼ਰੂਰ ਹੋਣਾ ਚਾਹੀਦਾ ਤੇ ਦੇਰੀ ਕੀਤੇ ਬਗੈਰ ਹੋਣਾ ਚਾਹੀਦਾ ਬਾਕੀ ਇਹ ਸਾਰਾ ਮਾਮਲਾ ਹੋਰ ਕਿੰਨੇ ਕੁ ਤੂਲ ਫੜਦਾ ਹੈ ਕਿੰਨਾ ਹੋਰ ਜਿਆਦਾ ਸੋਸ਼ਲ ਮੀਡੀਆ ਦੇ ਉੱਪਰ ਇਹ ਰੌਲਾ ਪੈਂਦਾ ਇਹ ਤਾਂ ਸਮਾਂ ਬਿਆਨ ਕਰੂਗਾ ਪਰ ਜੇਕਰ ਜਾਣਬੁੱਝ ਕੇ ਸਾਰਾ ਕੁਝ ਹੋਇਆ ਤਾਂ ਬਹੁਤ ਮਾੜੀ ਗੱਲ ਹੈ ਜੇਕਰ ਵਾਕਈ ਉਹਨਾਂ ਨੂੰ ਨਹੀਂ ਸੀ ਪਤਾ ਕਿ ਇਹ ਕੌਣ ਕੋਈ ਦੂਸਰਾ ਪੱਖ ਹੋ ਬਿਲਕੁਲ ਜੀ ਤੇ ਇੱਕ ਗੱਲ ਇਹ ਆ ਵੀ ਸਾਨੂੰ ਨਹੀਂ ਪਤਾ ਵੀ ਭਾਈ ਇਸ ਮਾਮਲੇ ਦੇ ਵਿੱਚ ਲਈ ਅੰਦਰਲੀ ਸੱਚਾਈ ਕੀ ਨਿਕਲ ਕੇ ਸਾਹਮਣੇ ਆਉਣੀ ਪਰ ਇਹ ਤਾਂ ਗੱਲ ਸਾਫ ਹੋ ਗਈ ਕਿ ਲਾਰਸ ਬਸ਼ਨੋਈ ਦਾ ਭਰਾ ਭਾਰਤ ਦੇ ਵਿੱਚ ਨਹੀਂ ਹੂੰ ਉਹ ਅਮਰੀਕਾ ਦੇ ਵਿੱਚ ਆ ਜੀ 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 ਇਹ ਤਾਂ ਗੱਲ ਕਲੀਅਰ ਹੋ ਗਈ ਨਾ ਸਾਫ ਹੋ ਗਈ ਆ ਤੇ ਅਸੀਂ ਉਹਨੂੰ ਇੱਥੇ ਲੱਭਦੇ ਰਗੇ ਦਾ ਫਾਇਦਾ ਕੋਈ ਨਹੀਂਗਾ ਸੋ ਬਾਹਰਲੇ ਮੁਲਕਾਂ ਦੇ ਵਿੱਚ ਬੈਠੇ ਹੋਏ ਗੈਂਗਸਟਰ ਕਦੋਂ ਭਾਰਤ ਦੇ ਵਿੱਚ ਆਉਣ ਕਿ ਸਾਨੂੰ ਇਹਦੇ ਬਾਰੇ ਤਾਂ ਨਹੀਂ ਪਤਾ ਜੀ ਪਰ ਇਧਰਲੇ ਕਿਹੜੀ ਵੇਲੇ ਕਿਵੇਂ-ਕਿਵੇਂ ਚਲੇ ਗਏ ਬਾਹਰ ਇਦੇ ਬਾਰੇ ਜ਼ਰੂਰ ਪਤਾ ਲੱਗ ਜਾਂਦਾ ਜੀ ਪਰ ਗੱਲ ਇਹ ਟਾਣਾ ਸਾਹਿਬ ਇਹ ਦੁਨੀਆ ਬੜੀ ਹਨੇਰੇ ਵਾਲੀ ਹੈ ਹਨਾ ਅਕਸਰ ਆਪਾਂ ਵੇਖਦੇ ਹਾਂ ਬਹੁਤ ਸਾਰੇ ਨੌਜਵਾਨ ਜਿਹੜੇ ਮੁੰਡੇ ਕੁੜੀਆਂ ਨੇ ਉਹ ਇਸ ਖੇਤਰ ਦੇ ਵਿੱਚ ਚਲੇ ਜਾਂਦੇ ਨੇ ਬਹੁਤ ਸਾਰੇ ਜਿਹੜੇ ਆ ਉਹ ਬਾਅਦ ਵਿੱਚ ਤੌਬਾ ਵੀ ਕਰਦੇ ਨੇ ਉਹ ਵਾਪਸ ਵੀ ਆਉਣਾ ਚਾਹੁੰਦੇ ਨੇ ਬਹੁਤ ਸਾਰੇ ਜਿਹੜੇ ਆ ਜਦੋਂ ਇਸ ਰਸਤੇ ਦੇ ਉੱਪਰ ਭਟਕ ਜਾਂਦੇ ਨੇ ਫਿਰ ਉਹ ਚਾਹੁੰਦੇ ਨੇ ਕਿ ਨਹੀਂ ਅਸੀਂ ਗਲਤ ਫੈਸਲਾ ਕਰ ਲਿਆ ਜ਼ਿੰਦਗੀ ਦੇ ਵਿੱਚ ਸਾਨੂੰ ਵਾਪਸ ਮੁੜ ਜਾਣਾ ਚਾਹੀਦਾ ਸੋ ਵਾਕਈ ਇਹ ਫੈਸਲੇ ਗਲਤ ਹੁੰਦੇ ਨੇ ਸਾਨੂੰ ਵਾਪਸੀ ਕਰਨੀ ਚਾਹੀਦੀ ਹੈ ਹਾਂ ਹੋ ਸਕਦਾ ਕਿਤੇ ਕਿਸੇ ਦਾ ਪੈਰ ਜਿਹੜਾ ਉਹ ਤੜਕ ਗਿਆ ਹੋਵੇ ਕਿਸੇ ਕਦੇ ਵੀ ਕੁਝ ਵੀ ਹੋ ਸਕਦਾ ਪਰ ਜਦੋਂ ਵੀ ਤੁਹਾਨੂੰ ਗਲਤੀ ਦਾ ਅਹਿਸਾਸ ਹੋਏ ਕਿਉਂਕਿ ਗਲਤ ਫੈਸਲੇ ਦਾ ਗਲਤ ਨਤੀਜਾ ਹੀ ਹੋਊਗਾ ਜਦੋਂ ਵੀ ਗਲਤੀ ਦਾ ਅਹਿਸਾਸ ਹੋਏ ਤੁਹਾਨੂੰ ਮੋੜਾਉਣਾ ਚਾਹੀਦਾ ਘਰ ਵਾਪਸੀ ਇੱਕ ਮੇਰੀ ਬੇਨਤੀ ਸਾਡੇ ਪੱਤਰਕਾਰ ਭਾਈਚਾਰੇ ਨੂੰ ਵੀ ਹੈ ਵੀ ਤੁਸੀਂ ਵੀ ਨਾ ਜਿਹਨੂੰ ਗਲੈਮਰਾਇਜ਼ ਕਹਿੰਦੇ ਆ ਇਹਨੂੰ ਤੜਕਪੜਕ ਵਾਲੀ ਗੱਲ ਬਣਾ ਕੇ ਪੇਸ਼ਨਾ ਕਰਗੇ ਜੀ ਸਾਡਾ ਮੀਡੀਆ ਕੀ ਗੱਲ ਕਰਦਾ ਜੀ ਕਿ ਫਲਾਣੇ ਗੈਂਗਸਟਰ ਨੂੰ ਪੇਸ਼ੀ ਦੇ ਉੱਤੇ ਲੈ ਕੇ ਗਏ ਅੱਗੇ ਪਿੱਛੇ ਘਟੀਆਂ ਦਾ ਕਾਫਲਾ ਸੀ ਫਲਾਣਾ ਜਿਹੜਾ ਗੈਂਗਸਟਰ ਪੇਸ਼ੀ ਦੇ ਉੱਤੇ ਆਇਆ ਤਾਂ ਉਹਦੇ ਵਾਲ ਵਾਏ ਹੋਏ ਸਨ ਤੇ ਐਨੇ ਮਹਿੰਗੇ ਬੂਟ ਪਾਏ ਸਨ ਜੀ ਫਲਾਣਾ ਜਿਹੜਾ ਗੈਂਗਸਟਰ ਆਇਆ ਤਾਂ ਉਹਨੇ ਐਨਕਾਂ ਲਾਈਆਂ ਹੋਈਆਂ ਸਨ ਤੇ ਐਨੀ ਮਹਿੰਗੀ ਉਹਦੇ ਸ਼ਰਟ ਪਾਈ ਸੀ ਹਾਂ ਅੱਜ ਕੱਲ ਉਹ ਇਹੋ ਜਿਹਾ ਦਿਖਦਾ ਪਹਿਲਾਂ ਉਹ ਇਹੋ ਜਿਹਾ ਦਿਖਦਾ ਹੁੰਦਾ ਸੀ ਬਹੁਤ ਕੁਝ ਦਿਖਾਉਂਦੇ ਨੇ ਇਦਾਂ ਉਹਨਾਂ ਨੂੰ ਬਾਹੂਬਲੀ ਬਣਾ ਕੇ ਪੇਸ਼ਨਾ ਕਰਗੇ ਵੀ ਉਹ ਬਹੁਤ ਧੱਕੜ ਆ ਹਾਂ ਜਦੋਂ ਅਸੀਂ ਆ ਗੱਲਾਂ ਪੇਸ਼ ਕਰਦੇ ਹਾਂ ਪਤਾ ਨਹੀਂ ਕਿਹਦੇ ਕਿਹਦੇ ਮਨ ਦੇ ਉਤੇ ਇਹਦਾ ਕਿਹੋ ਜਿਹਾ ਅਸਰ ਜਾਂਦਾ ਤੁਹਾਨੂੰ ਯਾਦ ਹੋਣਾ ਵੀ ਬਠਿੰਡੇ ਵਾਲੀ ਜੇਲ੍ਹ ਦੇ ਵਿੱਚ ਗੈਂਗਸਟਰ ਨੂੰ ਮਿਲਣ ਵਾਸਤੇ ਦਿੱਲੀ ਦੀਆਂ ਦੋ ਕੁੜੀਆਂ ਆਈਆਂ ਸੀ ਕਹਿਣੀਆਂ ਜੀ ਅਸੀਂ ਉਹਦੀਆਂ ਫੈਨ ਬਹੁਤ ਹਸਤਾ ਸੈਲਫੀ ਲੈਣ ਆਈਆਂ ਅਸੀਂ ਤਾਂ ਫੋਟੋ ਕਰਵਾਉਣ ਆਈਆਂ ਅੱਲੜ ਉਮਰ ਦੇ ਉੱਤੇ ਇੰਨਾ ਖਬਰਾਂ ਦਾ ਈਵੇਂ ਅਸਰ ਹੁੰਦਾ ਵੱਡੀ ਗੱਲ ਇਹ ਆ ਸੋ ਬੇਨਤੀ ਇਹ ਆ ਵੀ ਭਾਈ ਜਿਹਦੇ ਨਾਲ ਵੀ ਜੋਬ ਦੀ ਕੀ ਹੋਈ ਹੈ ਉਹਨੂੰ ਇਨਸਾਫ ਮਿਲਣਾ ਚਾਹੀਦਾ ਤੇ ਗਲਤ ਰਾਹ ਦੇ ਉੱਤੇ ਤੁਰੇ ਹੋਏ ਸਾਡੇ ਭੈਣਾ ਵੀਰ ਸਹੀ ਰਾਹ ਦੇ ਉੱਤੇ ਆ ਜਾਣ ਮੁੜ ਕੇ ਇਹਦੀ ਅਸੀਂ ਹਮੇਸ਼ਾ ਕਾਰਨ ਕਰਦੇ ਆ ਬਿਲ ਜੰਚਦਾ ਵਿਚਾਰ ਲਓ ਜੀ ਬਖਫੇ ਤੋਂ ਬਾਅਦ ਇੱਕ ਵਾਰ ਫਿਰ ਤੁਹਾਡਾ ਸਵਾਗਤ ਹੈ ਮੈਂ ਹਸਵਰਨ ਸਿੰਘ ਟੈਣਾ ਤੇ ਨਾਲ ਨੇ ਹਰਮਨਥਨ ਜੀ ਜੀ ਤੇ ਹੁਣ ਅਗਲੀਆਂ ਖਬਰਾਂ ਵੱਲ ਵਧੀਏ ਟੈਣਾ ਖਬਰਾਂ ਤਾਂ ਸਾਂਝੀਆਂ ਕਰਦੇ ਮੈਨੂੰ ਇਹ ਦੱਸੋ ਵੀ ਤੁਹਾਡੀ ਵੀ ਸਿਹਤ ਐ ਹੁੰਦੀ ਵੀ ਗੱਲ ਦੇ ਵਿੱਚ ਨਾ ਘੱਗਾ ਪਣ ਗਿਆ ਆ ਜਾਂਦਾ ਹਾਂਜੀ ਇਹ ਬੋਲ ਜਾਂ ਬੈਂਦਾ ਖਰਾਸ਼ ਜੀ ਆ ਰਹੀ ਐ ਗੱਲ 'ਚ ਇਹ ਕਈਆਂ ਦੇ ਆ ਰਹੀ ਐ ਮੈਂ ਦੋ ਤਿੰਨ ਥਾਵਾਂ ਤੇ ਗਿਆ ਸਾਰੀ ਇੰਜ ਕਰਦੇ ਇੰਜ ਕਰਕੇ ਨਾ ਮੈਂ ਤਾਂ ਸਾਰਿਆਂ ਨੂੰ ਕਰਦੇ ਵੇਖਿਆ ਸਭ ਦਾ ਆਪਣਾ ਆਪਣਾ ਅੰਦਾਜ਼ ਆ ਤੁਸੀਂ ਪਤਾ ਨਹੀਂ ਕਿਹੜੇ ਅੰਦਾਜ਼ ਨਾਲ ਕੋ ਗਏ ਹੋ ਕੋਈ ਐ ਵੀ ਕਰਦਾ ਨਹੀਂ ਪਰ ਇਹ ਹੈਟ ਹੈ ਨਾ ਸਭ ਮੈਨੂੰ ਲੱਗਦਾ ਸ਼ਾਇਦ ਕਿਉਂਕਿ ਵਾਡੀ ਦਾ ਕੰਮ ਵੀ ਸ਼ੁਰੂ ਹੋ ਚੁੱਕਿਆ ਹੈ ਨਾਲੇ ਮੌਸਮ ਠਕਾਨੀ ਜੀ ਦੇ ਹੀ ਜਾਂਦਾ ਉਹਦੇ ਕਰਕੇ ਸ਼ਾਇਦ ਇਹ ਸਾਰਿਆਂ ਦੇ ਗੱਲ ਅੱਜ ਨਾ ਆਪਦੀ ਆਵਾਜ਼ ਵੀ ਉਪਰੀ ਜੀ ਰੱਖਦੀ ਆ ਉਹ ਜਿਹੜੀ ਕੀ ਕਹਿੰਦੇ ਹੁੰਦੇ ਉਹਨੂੰ ਤਿੱਖਾ ਬਣ ਜਾ ਤਿੱਖਾ ਪਣ ਜਾ ਉਹ ਗੱਲ ਬਣ ਜੀ ਨਹੀਂ ਰਹੀ ਅੱਜ ਚਲੋ ਕੋਈ ਗੱਲ ਨਹੀਂ ਹੌਲੀ ਹੌਲੀ ਗਰਮ ਪਾਣੀ ਪੀਓ ਟਾਣਾ ਸਭ ਪੀ ਜਾਂ ਮੈਂ ਤਾਂ ਟਡਲੂ ਹੀ ਬੈਠਾ ਨਹੀਂ ਜ਼ਿਆਦਾ ਵੀ ਨਾ ਪੀਓ ਉਹ ਵੀ ਮਾੜਾ ਹੁੰਦਾ ਹਾਂ ਠੀਕ ਠੀਕ ਜਪੀਓ ਕੋਈ ਨਹੀਂ ਠੀਕ ਹੋ ਜਾਓ ਸਭ ਤੇ ਮੈਂ ਤੁਹਾਨੂੰ ਖਬਰ ਸੁਣਾਉਣੀ ਹੈ ਅਗਲੀ ਦੱਸੋ ਟਾਣਾ ਸਾਹਿਬ ਅੰਮ੍ਰਿਤਸਰ ਸਾਹਿਬ ਤੋਂ ਨਾ ਫਲਾਈ ਟੂ ડી ਇੰਡੀਗੋ ਦੀ ਅੱਛਾ ਜਹਾਜ਼ ਉੱਡਿਆ ਜਹਾਜ਼ ਉੱਡਿਆ ਇੰਡੀਗੋ 에ਅਰਲਾਈਨ ਦਾ ਹੈ ਨਾ ਤੇ ਉਹਨੇ ਜਾਣਾ ਸੀ ਅਹਮਦਾਬਾਦ ਤੇ ਟਾਣਾ ਸਾਹਿਬ ਹਰਲੇ ਜਹਾਜ਼ ਨੇ ਉਡਾਨ ਭਰੀ ਹੈ ਤਾੜੀਆਂ ਵੱਜਣ ਲੱਗੀਆਂ ਤਾੜੀਆਂ ਵੱਜਣੀਆਂ ਚਾਹੀਦੀਆਂ ਵਿੱਚ ਜੇ ਕੋ ਕਲਾਕਾਰ ਹੋਵੇ ਤੇ ਉਹ ਕਰਦੇਵੇ ਗਾਣਾ ਪੇਸ਼ ਤੇ ਆਪ ਮਹਾਰੇ ਹੱਥ ਆਏ ਬਜਦੇ ਵੀ ਅਕਰ ਹੁਣ ਤੱਕ ਕਿੰਨੀ ਵਾਰ ਜਹਾਜ਼ 'ਚ ਬੈਠ ਚੁੱਕੇ ਮੈਂ ਵੇਖਿਆ ਇੱਕ ਵਾਰੀ ਨਹੀਂ ਨਹੀਂ ਵੈਸੇ ਮੈਂ ਮੈਂ ਤੁਹਾਨੂੰ ਦੱਸਦਾ ਇੱਕ ਵਾਰੀ ਮੈਂ ਜਹਾਜ਼ ਦੇ ਵਿੱਚ ਸਫ਼ਰ ਕੀਤਾ ਤੇ ਇੱਕ ਬੰਦੇ ਨੇ ਨਾ ਕੋਈ ਗਾਣਾ ਸਪੇਸ਼ਸ਼ ਕੀਤਾ ਅੱਛਾ ਉਹ ਗਾਣਾ ਮੈਨੂੰ ਸਮਝ ਤਾਂ ਨਹੀਂ ਆਇਆ ਉਹਦੀ ਇੱਕ ਕਲਾਸ ਹੀ ਕੋਈ ਆਪਦੀ ਉਹਨੇ ਕੋਈ ਹੋਰ ਭਾਸ਼ਾ ਦੇ ਵਿੱਚ ਕੀਤਾ ਤੇ ਅਠਾਂ ਦੱਸਾ ਜਾਣੇ ਨਹੀਂ ਵੈਰੀ ਨਾਈਸ ਵੈਰੀ ਨਾਈਸ ਐਂਜੇ ਕੀਤਾ ਮੈਂ ਵੀ ਕੀਤਾ ਨਾਈਸ ਹਾਂ ਹਾਂ ਮੈਨੂੰ ਸਮਝ ਤਾਂ ਨਹੀਂ ਆਈ ਪਰ ਮੈਂ ਆਖਿਆ ਵੀ ਚਲੋ ਆਪਾਂ ਵੀ ਸਰਚ ਹੋਊਗਾ ਬੰਦਾ ਸਰਚ ਹੋਊਗਾ ਹੁਣ ਆਪਾਂ ਨੂੰ ਕੀ ਪਤਾ ਵੀ ਭਾਈਓ ਨੇ ਕਿਹੜੀ ਭਾਸ਼ਾ ਚ ਗਾਤਾ ਉਹਨੇ ਕੀ ਕਿਹਾ ਵੀ ਦਿਲ ਲੁੱਟ ਕੇ ਲੈ ਗਈ हां ਜਾਂ ਜੱਟ ਦਾ ਪੁੱਤ ਐਂ ਕਰਦਾ ਜਾਂ ਭਾਈ ਅਸੀਂ ਐਂ ਕਰਦੇ ਹੁੰਨੇ ਆ ਅਸੀਂ ਤਾਂ ਹਿੱਕਮ ਪਾੜ ਦਿੰਨੇ ਆ ਕਿ ਪਤਾ ਨੂੰ ਕੋਈ ਅੰਗਰੇਜ਼ੀ ਚ ਕਿਆ ਹੋਵੇ ਕੁਛ ਵੀ ਕਿਆ ਹੋਊਗਾ ਪਰ ਤਾੜੀਆਂ ਜਿਹੜੀਆਂ ਮੈਂ ਤਾੜੀਆਂ ਦੀ ਗੱਲ ਕਰ ਰਹੀ ਆ ਉਹ ਇਸ ਲਈ ਨਹੀਂ ਵੱਜੀਆਂ ਕਿ ਕਿਸੇ ਨੇ ਕੋਈ ਬਹੁਤ ਖੂਬ ਕਲਾ ਜਿਹੜੀ ਪੇਸ਼ ਕੀਤੀ ਐ ਇਹ ਕਾਰਨ ਹੋਰ ਸੀ ਮੱਛਰ ਸੀ ਫਲਾਈਟ ਚ ਜਾਂ ਮੱਛਰ ਕਿੱਥੇ ਹੱਦ ਹੋ ਗਈ ਆਲ ਆਊਟ ਲਾ ਲੋ ਬਸ ਜਾਂ ਆਲ ਆਊਟ ਕਿੱਥੇ ਲੱਗਦਾ ਸਾਡੇ ਸਿਆਣੇ ਕਹਿੰਦੇ ਹੁੰਦੇ ਆ ਉਹ ਕਹਿੰਦੇ ਵੀ ਜਿੱਥੇ ਮੱਛਰ ਬਹੁਤ ਹੋਣ ਨਾ ਤਾਂ ਧੂਣੀ ਪਾ ਲੋ ਧੂਏ ਦੇ ਨਾਲ ਉੱਡ ਜਾਂਦਾ ਹਾਂ ਮਤਲਬ ਜਾਂ ਦੇ ਵਿੱਚ ਤਜਾਜ ਤਾਂ ਉੱਡੇ ਨਾ ਉੱਡੇ ਬੱਚਾ ਰੋੜ ਚੁੱਕਾ ਵਾਹ ਓਏ ਵਾਹ ਡਾਣਾ ਸਭ ਕਮਾਲ ਕਰ ਦਿੱਤੀ ਕਛੂਆ ਛਾਪ ਲੈ ਕੇ ਜਾਓ ਹਾਂ ਤੇ ਫਿਰ ਵਧੀਆ ਤੂੰ ਹੋ ਤੂੰਗੀ ਤਾ ਓਏ ਚਾਹੀਦਾ ਹੁਣ ਕਿਉਂਕਿ ਉਹਨਾਂ ਨੇ ਤਾਂ ਕੁਝ ਕਰਨਾ ਨਹੀਂ ਆਪਦੇ ਬਚਾਲੇ ਕੁਝ ਤਾਂ ਕਰਨਾ ਪੈਣਾ ਹੀ ਹੈ ਹਾਂਜੀ ਹਾਂਜੀ ਆ ਮਤਲਬ ਬੰਦਾ ਵੈਸੇ ਭਾਵੇਂ ਸਹੀ ਸਲਾਮਤ ਉਹਨੇ ਪਹੁੰਚਣਾ ਓਏ ਸਾਹ ਕੁੱਟ ਕੇ ਉੱਦੀ ਝੰਡੀ ਹੋ ਜਵੇ ਸ਼ਾਬਾਸ਼ ਪਤਾ ਹੈ ਲੱਗਾ ਕੀ ਸਲਾਹਾਂ ਦਿੰਦੀਆਂ ਅੰਮ੍ਰਿਤਸਰ ਤੋਂ ਜਹਾਜ਼ ਉੱਡਿਆ ਇੰਡੀਗੋ 에ਅਰਲਾਈਨ ਦਾ ਅਹਮਦਾਬਾਦੋਂ ਨੇ ਜਾਣਾ ਲਗਭਗ 2 ਘੰਟੇ ਦਾ ਸਫ਼ਰ ਆ ਇਹ ਤੇ ਵਿੱਚ ਜਿਹੜੀਆਂ ਸਵਾਰੀਆਂ ਸੀ ਉਹ ਤਾਂ ਐ ਹੀ ਆਈਆਂ ਹਾਂ ਹਾਂ ਕਿਹਦੇ ਤਾੜੀਆਂ ਬਣੀਆਂ ਹੋਈਆਂ ਤਾਂ ਫੜ ਕੇ ਤਾਂ ਕਰ ਦਿਖਾਈਆਂ ਸਵਾਰੀਆਂ ਕਹਿੰਦੇ ਵੀ ਇੰਨਾ ਮਛਰੋ ਦੇਚ ਹਾਂ ਇੰਨਾ ਮਛਰ ਕਹੜੇ ਧੱਫੜ ਪੈ ਗਏ ਪੀ ਪੀ ਸਾਰੇ ਰਾਹ ਦੇ ਵਿੱਚ ਘਰਦਾ ਆ ਮਤਲਬ ਇਹ ਲੱਗ ਰਿਹਾ ਸੀ ਕਿ ਸ਼ਾਇਦ ਜਹਾਜ਼ ਨੂੰ ਮਛਰ ਹੀ ਉਡਾਈ ਫਿਰਦੇ ਸੀ ਕਿਉਂਕਿ ਇੰਨਾ ਮਛਰ ਸੀ ਉਹਦੇ ਵਿੱਚ ਯਾਤਰੀਆਂ ਨੇ ਬਹੁਤ ਜ਼ਿਆਦਾ ਕਹਿੰਦੇ ਕਿ ਉੱਥੇ ਉਹਨਾਂ ਦੀ ਸ਼ਿਕਾਇਤ ਵੀ ਕੀਤੀ ਹੈ ਏਅਰਲਾਈਨ ਨੂੰ ਵਾਰ-ਵਾਰ ਕਿਹਾ ਵੀ ਮਛਰ ਲੜੀ ਜਾਂਦਾ ਕੀ ਹੈ ਜਹਾਜ਼ ਹੈ ਕਿ ਟ੍ਰੇਨ ਹੈ ਕਿ ਬੱਸ ਹੈ ਤੁਹਾਡੀ ਉਹ ਹੁਣ ਏਅਰਲਾਈਨ ਵਾਲਿਆਂ ਨੇ ਮਾਫੀ ਮੰਗ ਲਈ ਆ ਉਹ ਕਹਿੰਦੇ ਅਸੁਵਿਧਾ ਕੇ ਲਈ ਹਮ ਮਾਫੀ ਚਾਹਤੇ ਹੈ ਤੇ ਜਿਹੜੇ ਧੱਫੜ ਪੈ ਗਏ ਅੱਧਿਆਂ ਨੂੰ ਵਿਚਾਰਾਂ ਨੂੰ ਮਲੇਰੀਆ ਦੀ ਕਗਾਰ ਤੇ ਪਹੁੰਚਾ ਦਿੱਤਾ ਸੀ ਹਾਂ ਟੰਡੇ ਹੁੰਦਾ ਕਗਾਰ ਨਹੀਂ ਹੁੰਦਾ ਉਹ ਕੰਡੇ ਮਾਫੀ ਚਾਹਨੀ ਹੈ ਅਸੀਂ ਮਲੇਰੀਆ ਤੱਕ ਪਹੁੰਚਾਤਾ ਸੀ ਬਨਾਵਾ ਜਿਵੇਂ ਪਹੁੰਚ ਹਾਂ ਪਰ ਉਹ ਕਨੇ ਵੀ ਅਸੁਵਿਧਾ ਕੇ ਲਿਏ ਹਮ ਮਾਫੀ ਚਾਹਤੇ ਹੈ ਹਾਂਜੀ ਅਗੇ ਸੇ ਹਮ ਖਿਆਲ ਰੱਖੇਗੇ ਅੱਗੇ ਤੋਂ ਕਿੰਨੇ ਅਲ ਆਊਟ ਲਾ ਕੇ ਰੱਖੋਗੇ ਨਹੀਂ ਕੋਈ ਨਾ ਕੋਈ ਪ੍ਰਬੰਧ ਕਰਨੇ ਕਿ ਹੁਣ ਉਹ ਵੀ ਮੈਨੂੰ ਦੱਸਣ ਉਹ ਨਹੀਂ ਚਲੋ ਕਿੰਨਾ ਦੇ ਵਿੱਚ ਆਉਂਦੇ ਹੁੰਦੇ ਸੀਗੇ ਵੀ ਉਹ ਦਵਾਈ ਛਿੜਕਣ ਵਾਲੇ ਅੱਛਾ ਤੇ ਕੀ ਪਤਾ ਕੋਈ ਪ੍ਰਬੰਧ ਕਰਨੇ ਤੇ ਨਹੀਂ ਹੋ ਸਕਦਾ ਪਰ ਗੱਲ ਇਹ ਟਾਣਾ ਸਾਹਿਬ ਮੈਂ ਤਾਂ ਹੈਰਾਨ ਹਾਂ ਵੀ ਜਹਾਜ਼ਾਂ ਨਾਲ ਜੁੜੀਆਂ ਕਿੰਨੀਆਂ ਖਬਰਾਂ ਆਉਣ ਲੱਗੀਆਂ ਤੁਸੀਂ ਵੇਖੋ ਹਰ ਰੋਜ਼ ਹੀ ਨਵੀਂ ਖਬਰ ਹਰ ਰੋਜ਼ ਹੀ ਨਵੀਂ ਖਬਰ ਆ ਕਹਿੰਦੇ ਆ ਕਿ ਇੱਕੋ ਪਤਾ ਨਹੀਂ ਜਿਹੜੀ ਸ਼ੀਲਡ ਹੁੰਦੀ ਆ ਉਹਦੇ ਵਿੱਚ ਕਿਤੇ ਦਰਾਰ ਜ਼ਰੂਰ ਆ ਗਈ ਜਹਾਜ਼ ਦੀ ਸੌਰੀ ਟਰੇਡ ਆ ਗਈ ਮਾਫੀ ਚਾਹੁੰਨੀ ਆ ਤੇ ਉਹਦੇ ਕਰਕੇ ਵੀ ਐਮਰਜੈਂਸੀ ਲੈਂਡਿੰਗ ਹੋਈ ਹੈ ਉਹ ਐਮਰਜੈਂਸੀ ਨਹੀਂ ਹੰਗ ਦਰ ਹਾਲਾਤ ਖਰਾਬ ਹੋਏ ਹੋਇਆ ਤੁਸੀਂ ਮੇਰੇ ਕੋਲ ਆ ਸ਼ਤ ਹਜ਼ਾਰਾਂ ਤੇ ਹੱਦ ਹੋ ਗਈ ਤਾਂ ਤੁਸੀਂ ਇਤਨਾ ਅੰਗਰੇਜ਼ੀ ਦੇ ਫੱਟੇ ਚੱਕੀ ਜਾਂਦੇ ਓਥੇ ਤੁਸੀਂ ਵੇਖੋ ਨਾ ਵੀ ਉਹ ਸੁਵਿਧਾ ਜਿਹੜੀ ਆ ਉਹ ਹੋ ਗਈ ਸੀ ਤਾਂ ਉਹਦੇ ਕਰਕੇ ਤਾਂ ਫਿਰ ਬਹੁਤ ਕੁਝ ਵਾਪਰ ਰਿਹਾ ਸੀ ਉੱਥੇ ਪਰ ਪਤਾ ਨਹੀਂ ਜਹਾਜ਼ਾਂ 'ਚ ਕੀ ਹੋਈ ਜਾਂਦੀ ਪਤਾ ਹੀ ਨਹੀਂ ਕੀ ਕਰ ਲੈਣ ਦੇਖੋ ਗਿਣਤੀ ਵੀ ਤਾਂ ਬਹੁਤ ਹੋ ਗਈ ਨਾ ਭਾਈ ਜਾਂਦੇ ਆ ਨਹੀਂ ਨਹੀਂ ਜਹਾਜ਼ਾਂ ਦਾ ਹਥੌਲਾ ਕਰਾਉਣਾ ਚਾਹੀਦਾ ਉਹ ਨਹੀਂ ਨਹੀਂ ਕੋਈ ਥੋਲੇ ਥੋਲੇ ਚ ਕੁਝ ਨਹੀਂ ਹੁੰਦਾ ਅੱਛਾ ਮਜਾਜ ਦੇ ਟਿੱਕਾ ਲਾ ਕੇ ਚੜਾ ਦੇ ਲੈ ਫੇਰ ਕੀ ਅਸੀਂ ਤਾਂ ਵੈਸੇ ਵੀ ਰਾਫੇਲ ਦੇ ਮੂਰੇ ਨਿੰਬੂ ਮਿਰਚਾ ਟੰਗ ਦਿੰਨੇ ਆ ਚਲ ਉਹ ਉਹਨਾਂ ਦੀ ਮਰਜ਼ੀ ਆ ਪਰ ਗੱਲ ਇਹ ਆ ਵੀ ਭਾਈ ਜਹਾਜ਼ਾਂ ਦੇ ਵਿੱਚੋਂ ਖਬਰਾਂ ਬਹੁਤ ਸਾਰੀਆਂ ਆਉਂਦੀਆਂ ਅਵਲੀਆਂ ਖਬਰਾਂ ਕੋਈ ਉੜਦੇ ਜਹਾਜ਼ ਚ ਕੋਈ ਮੈਂ ਤਾਂ ਤਾਕੀ ਖੋਲਣੀ ਆ ਤੇਰੇ ਪਾਪੇ ਦਾ ਰਾਜ ਇਹ ਵੀ ਗੱਲ ਸਹੀ ਆ ਤੁਹਾਡੀ ਤੂੰ ਕਰਨਾ ਕੀ ਆ ਤੂੰ ਸ ਸ਼ੁਕਰ ਹੈ ਤੁਸੀਂ ਪਾਇਲਟ ਨਹੀਂ ਹੋ ਹਾਂ ਨਹੀਂ ਤਾਂ ਇੱਕ ਤਾਂ ਬੈਸੁੱਟਿਆ ਹੋਵੇ ਕਹਿੰਦੇ ਪਤਾ ਨਹੀਂ ਕਹਿੰਦੇ ਵੀ ਤਾਕੀ ਖੋਲ ਕੇ ਦੇਖਣੀ ਵੀ ਤੂੰ ਜ਼ਮੀਨ ਲੈਣੀ ਵੀ ਜਿਹੜੀ ਦਿਸਦੀ ਤੈਨੂੰ ਤੂੰ ਗਰਦੌਰੀ ਕਰਨੀ ਹੈ ਜਿਹੜੀ ਥਾਂ ਤੋਂ ਲੱਗਦਾ ਇਹ ਤੇਰਾ ਮੜੀ ਬਣ ਤਾਕੀ ਖੋਲ ਕੇ ਦਿਖਾਓ ਜਿਹੜੀ ਥਾਂ ਤੋਂ ਲੱਗਦੇ ਨਾ ਮੇਰੀ ਜਗ੍ਹਾ ਲੈਣੀ ਹੈ ਹਾਂ ਸਹੀ ਗਿਆ ਦੇਸ਼ ਦਾ ਪਤਾ ਨਹੀਂਗਾ ਹਾਂ ਉਹ ਵੀ ਹਾਜ਼ਰ ਹੈ ਜੱਜ ਦਾ ਵੀ ਚਾਹ ਇੱਕ ਹੋਰ ਹੈਰਾਨ ਕਰ ਦੇ ਖਬਰ ਆ ਗਈ ਅਮਰਸਰ ਤੋਂ ਹੋਣ ਕਿਹੜੀ ਆ ਗਈ ਬਈ ਮੈਂ ਤਾਂ ਪਰੇਸ਼ਾਨ ਹਟਾਣਾ ਸਭ ਪੰਜਾਬ ਚ ਹੋਈ ਕੀ ਕੀ ਜਾਂਦਾ ਆਪਾਂ ਠੱਗਾਂ ਦੀ ਚੋਰਾਂ ਦੀ ਹਰ ਰੋਜ਼ ਕੋਈ ਨਾ ਕੋਈ ਕਹਾਣੀ ਕੋਈ ਨਾ ਕੋਈ ਖਬਰ ਸੁਣਦੇ ਆ ਆ ਇੱਕ ਨਵੀਂ ਖਬਰ ਆ ਗਈ ਅਖੇ ਚੋਰਾਂ ਨੇ ਜਿਹੜੀ ਠੇਕਾ ਨਹੀਂ ਹੁੰਦਾ दारू ਦਾ ਠੇਕਾ ਉੱਥੇ ਜਾ ਕੇ ਤੇ ਕਹਿੰਦੇ ਚੋਰੀ ਕੀਤੀ ਨਾਲੇ ਤਾਂ ਮਹਿੰਗੀ ਸ਼ਰਾਬ ਚੱਕ ਕੇ ਲੈ ਗਏ ਤੇ ਨਾਲੇ ਉਥੋਂ ਨੋਟ ਨਾਟ ਲੈ ਗਏ ਦੇਖੋ ਜਿਹੜੀ ਸ਼ਰਾਬ ਚੱਕ ਕੇ ਲੈ ਗਏ ਉਹ ਵੀ ਬੜੀ ਗੱਲ ਆ ਪਰ ਨੋਟ ਤਾਂ ਲੈ ਗਏ ਉਹ ਕਹਿੰਦੇ ਵੀ ਪੁੱਜੀਆਂ ਥੋੜੀ ਇੱਥੇ ਹੈ ਹਾਂ ਨਹੀਂ 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 ਐਸ ਲਈ ਨਹੀਂ ਉਹਨਾਂ ਦੇ ਚੱਕੇ ਨੋਟਾਂ 'ਚ ਤਾਂ ਲੋਡ ਪੈਂਦੀ ਹੈ ਹਾਂ ਹਮੇਸ਼ਾ ਪੈਸੇ ਨਾਲ ਪਿਆਰ ਕਰਕੇ ਉਹਦੇ ਵਿੱਚ ਚਾਰ ਸ਼ਰਾਬੀ ਬੈਠੇ ਤੇ ਉਹਦੇ ਵਿੱਚ ਇੱਕ ਨੇ ਕਿਹਾ ਕਿ ਨਾ ਵੀ ਫਲਾਣੇ ਗਰਾਏ ਦੇ ਉੱਤੇ ਵੀ ਪਾਣੀ ਲੱਗ ਗਿਆ ਤੇ ਜਿਹੜੇ ਬਾਕੀ ਤਾਂ ਨਹੀਂ ਪਤਾ ਕੀ ਕਹਿੰਦੇ ਲੈ ਕਹਿੰਦੇ ਵੀ ਇੱਥੇ ਤਾਂ ਸਿਰਫ ਪੂਜੀਗਾ ਤੇ दारू ਲੈ ਜਾਣੀ ਹਾਂ ਹਾਂ ਪਾਣੀ ਤਾਂ ਉੱਥੇ ਮਿਲ ਗਿਆ ਪਰ ਹੈਰਾਨੀ ਦੀ ਗੱਲ ਇਹ ਹੈ ਕਹਿੰਦੇ ਜਿੱਥੋਂ ਇਹ ਸ਼ਰਾਬ ਚੋਰੀ ਹੋਈ ਆ ਉਸ ਤੋਂ ਕੁਝ ਕਦੂਰੀ ਤੇ ਹਰ ਰੋਜ਼ ਪੁਲਿਸ ਦਾ ਨਾਕਾ ਵੀ ਹੁੰਦਾ ਕਹਿੰਦੇ ਛੱਤ ਦੇ ਵਿੱਚ ਪਾੜ ਲਾ ਕੇ ਜੀ ਤੇ ਚੋਰ ਉਤਰੇ ਆ ਤੇ ਜਿਹੜੀ ਮਹਿੰਗੀ ਮਹਿੰਗੀ ਸ਼ਰਾਬ ਸੀ ਜਿਹੜੀ ਤਕੜੀ ਤਕੜੀ ਬੋਤਲ ਸੀਗੀ ਕਹਿੰਦੇ ਵੀ ਉਹ ਚੱਕ ਕੇ ਝੋਲੇ 'ਚ ਪਾਈ ਗਏ ਆ ਤੇ ਗੱਲੇ 'ਚੋਂ ਕੱਢੇ ਪੈਸੇ ਤੇ ਤਤਰ ਹੋ ਗਏ ਆ ਹਾਂ ਲੱਭਦੇ ਹੀ ਨਹੀਂ ਕਹਿੰਦੇ ਲੱਭਦਾ ਕਿੱਥੇ ਆ ਹਾਂ ਯਾਰ ਦੱਬਦਾ ਕਿੱਥੇ ਆ ਹਾਂ ਪਰ ਕਹਿੰਦੇ ਕਿ ਹੁਣ ਸੀਸੀਟੀਵੀ ਫੁਟੇਜ ਜਿਹੜੀ ਆ ਉਹ ਕੱਢੀ ਸੀਸੀਟੀਵੀ ਕੈਮਰਿਆਂ ਤੋਂ ਪਤਾ ਲੱਗਿਆ ਵੀ ਇੱਥੇ ਇਦਾਂ ਚੋਰੀ ਹੋਈ ਹੈ ਤੇ ਲੋਕੇ ਹੈਰਾਨ ਨੇ ਕਹਿੰਦੇ ਵੀ ਜਦ ਪੁਲਿਸ ਨਾਕਾ ਵੀ ਲਾਉਂਦੀ ਹੈ ਥੋੜੀ ਦੂਰੀ ਦੇ ਉੱਪਰ ਤਾਂ ਫੇਰ ਇੱਥੇ ਕਿਵੇਂ ਸਾਰਾ ਕੁਝ ਹੋ ਗਿਆ ਹੋਈ ਜਾਂਦਾ ਕੀ ਕਰਗੇ ਦੱਸੋ ਕਿਹਨੂੰ ਰੋਕ ਲਗੀ ਬਸ ਆਪਣੇ ਬਚਾਰ ਉਹ ਮੈਂ ਪਰਸੋਂ ਖਬਰ ਪੜ੍ਹੀ ਮੈਂ ਹਰਿਆਣੇ ਦੇ ਵਿੱਚ ਕੁਕੜੀਆਂ ਚੋਰੀ ਕਰਕੇ ਲੈ ਗਏ ਕੋਈ ਸੇੜੀਆਂ ਚਲੋ ਕੋਈ ਕਿਸੇ ਨੇ ਬੰਦੇ ਦੇ ਆਪਦੇ ਘਰੇ ਕੁਕੜੀਆਂ ਰੱਖੀਆਂ ਸੀਗੀਆਂ ਕੁਕੜ ਵੀ ਸੀਗਾ ਵੀ ਤੜਕੇ ਵੇਲੇ ਸਾਰੇ ਠਾ ਦਿੰਦਾ ਉਹਨੇ ਠਾਇਆ ਹੀ ਨਾ ਅੱਛਾ ਉਹਨੇ ਆਖਿਆ ਵਿੱਚ ਕੁਕੜ ਵੀ ਜਦੋਂ ਉਹਨੇ ਉੱਠ ਕੇ ਦੇਖਿਆ 6 ਵਜੇ ਨਾ ਕੁਕੜੀ ਨਾ ਕੋਕੜ ਵਿੱਚ ਕੁਝ ਵੀ ਨਹੀਂਗਾ ਫੁੱਡਾ ਖਾਲੀ ਪਿਆ ਚੋਰੀ ਕਰਕੇ ਲੈ ਜਾਂਦੇ ਆ ਪਤਾ ਨਹੀਂ ਕੀ ਕੀ ਚੋਰੀ ਹੋਈ ਜਾਂਦਾ ਮੈਂ ਤਾਂ ਹੈਰਾਨ ਆ ਲੋਕੀ ਕੁਝ ਵੀ ਕਰੀ ਜਾਂਦੇ ਤੁਹਾਨੂੰ ਯਾਦ ਆਪਾਂ ਇੱਕ ਖਬਰ ਸਾਂਝੀ ਕੀਤੀ ਸੀ ਕਿਸੇ ਦੀ ਤਾਰ ਤੋਂ ਕੱਪੜੇ ਚੋਰੀ ਕਰਕੇ ਲੈ ਗਿਆ ਸੀ ਉਹ ਲੁਧਿਆਣੇ ਦੀ ਸੀ ਹਾਂਜੀ ਲੁਧਿਆਣੇ ਦੇ ਵਿੱਚ ਕਿਸੇ ਨੇ ਤਾਰ ਦੇ ਉੱਤੇ ਛੱਤ ਦੇ ਉੱਤੇ ਤਾਰ ਬੰਨੀ ਆ ਤੇ ਸੁੱਕਣੇ ਪਏ ਲੀੜੇ ਹਾਂਜੀ ਉਹ ਲੀੜਿਆਂ ਦੀ ਪੰਡ ਬਣ ਕੇ ਭੱਜ ਗਿਆ ਇਹਦਾ ਵੱਡ ਤੋਂ ਵੱਡ ਕੀ ਹੋਗਾ ਟੱਬ ਆਉਣਾ ਇੱਕ ਸਹੀ ਗੱਲ ਤੁਸੀਂ ਪਰ ਜਿਹਦੇ ਜੋ ਹੱਥੋਂ ਦਾ ਚੋਰੀ ਕਰਕੇ ਜਾਈ ਜਾਂਦਾ ਬਸ ਪਰ ਵੀ ਐ ਵੀ ਆਪਦੇ ਹੱਥੀ ਕੰਮ ਕਰਗੇ ਹਾਂ ਕਿਰਤ ਦੇ ਨਾਲ ਜੁੜ ਗਏ ਕਿੰਨਾ ਕੁ ਦਿਨ ਚੋਰੀ ਦਾ ਕਰ ਮੈਨੂੰ ਨਾ ਕੱਲ ਵੈਸੇ ਗੱਲ ਕਿਸੇ ਨੂੰ ਕੌੜੀ ਲੱਗਣੀ ਹੈ ਮੈਂ ਮਾਫੀ ਚਾਹਉਣਾ ਮੈਂ ਕਿਸੇ ਸਰਕਾਰ ਦੀ ਤਰਫਦਾਰੀ ਨਹੀਂ ਕਰਦਾ ਮੈਨੂੰ ਇੱਕ ਬੰਦੇ ਨੇ ਕਿਹਾ ਜੀ ਕਿ ਸਰਕਾਰ ਨੇ 1000 ਰੁਪਿਆ ਔਰਤਾਂ ਨੂੰ ਦਿੱਤਾ ਨਹੀਂਗਾ ਸਭ ਸਿਖਾਵਾਂਗੇ ਹੂੰ ਮੈਂ ਤਾਂ ਦੇਖੋ ਵੀ ਨਾ ਤਾਂ ਮੈਂ ਆਮ ਆਦਮੀ ਪਾਰਟੀ ਦਾ ਨਾ ਮੈਂ ਕਾਂਗਰਸ ਦਾ ਨਾ ਮੈਂ ਅਕਾਲੀ ਦਲ ਦਾ ਨਾ ਮੈਂ ਭਾਜਪਾ ਦਾ ਮੈਂ ਤਾਂ ਇੱਕ ਵੋਟਰ ਆ ਹੂੰ ਮੇਰਾ ਉੱਤਰ ਇਸ ਰੂਪ ਤੇ ਸੁਣਿਓ ਜੀ ਪਹਿਲੀ ਗੱਲ ਤਾਂ ਸਰਕਾਰ ਨੂੰ ਵਾਦਾ ਕਰਨਾ ਨਹੀਂ ਚਾਹੀਦਾ ਕਿ 1000 ਰੁਪਏ ਦੇਵਾਂਗੇ। ਬਿਲਕੁਲ ਸਹੀ। ਨਾ 2000 ਦਾ ਕਰੋ ਨਾ 5000 ਦਾ ਕਰੋ ਕਿਉਂ ਦੇਗੇ ਬਾਈ? ਕਿਉਂ? ਤੁਸੀਂ ਕਿਉਂ ਦਿੰਨੇ ਆ? ਹੂੰ ਮੰਗਤੇ ਲੋਕ ਤੇ ਦੂਜੀ ਬੇਨਤੀ ਲੋਕਾਂ ਨੂੰ ਵੀ ਤੁਸੀਂ ਵੀ ਮੰਗਤੇ ਨਾ ਬਣਿਆ ਕਰੋ ਤੁਸੀਂ ਉੜੀ ਕੀ ਗੱਤ ਹੈ ਆਪਣੇ ਹੱਥ ਪੈਰ ਕੰਮ ਕਰਦੇ ਆ। ਇਹਦੇ ਨਾਲ ਕਿਰਤ ਕਰਨੀ ਸਿੱਖਗੇ। ਪੈਰ ਚੱਲਦੇ ਆ। 1000 ਰੁਪਏ ਨਾਲ ਕੀ ਕਰ ਲੋਗੇ? ਵੱਤ ਤੋਂ ਵੱਤ ਕੀ ਲੈ ਲੋਗੇ ਤੁਸੀਂ? ਜ਼ਿੰਦਗੀ ਦੇ ਵਿੱਚ ਲੱਖਾਂ ਕਰੋੜਾਂ ਰੁਪਏ ਹਰ ਬੰਦੇ ਦੇ ਕੋਲੇ ਆਇਆ ਤੇ ਗਿਆ। ਜੀ ਜਿਵੇਂ ਬਾਕੀ ਆਏ ਤੇ ਗਏ ਉਹ ਮੇ ਹਜ਼ਾਰ ਵੀ ਚਲਾ ਜਾਣਾ। ਨਾਲੇ ਤੁਸੀਂ ਸਰਕਾਰ ਨੂੰ ਇਹ ਕਹੋ ਵੀ ਸਾਨੂੰ ਹਜ਼ਾਰਾਂ ਕਮਾਉਣ ਜੋਗਾ ਕਰੋ। ਅਸੀਂ ਆਪਦੀ ਕਮਾਈ ਆਪ ਖਾਣਾ ਚਾਹੁੰਦੇ ਆ। ਸਾਨੂੰ ਤੁਸੀਂ ਇਦਾਂ ਮੁਫਤ ਦੇ ਲਾਰੇ ਨਾ ਲਗਾਓ। ਤੁਸੀਂ ਸਾਨੂੰ ਮੁਫਤ 1000 ਰੁਪਏ ਕਿਉਂ ਦੇਣਾ ਬਈ? ਸਾਨੂੰ ਨੌਕਰੀ ਦੋ। ਅਸੀਂ ਆਪ ਕਮਾਵਾਂਗੇ, ਆਪ ਖਾਵਾਂਗੇ। ਸਾਡੇ ਮਸਲੇ ਏਡੇ ਏਡੇ ਬਣ ਕੇ ਰਹਿ ਗਏ ਆ। ਮੈਨੂੰ ਆਹ ਚੀਜ਼ ਦਿਓ ਪਹਿਲਾਂ। ਜੀ। ਹੁਣ ਮੈਨੂੰ ਆਹ ਚੀਜ਼ ਦਿਓ। ਉਹੋ ਜਿਹੇ ਸਰਕਾਰਾਂ, ਉਹੋ ਜਿਹੇ ਰਾਜਨੀਤਿਕ ਪਾਰਟੀਆਂ ਬਣੀਆਂ ਕਿ ਤੈਨੂੰ ਆਹ ਦੇਵਾਂਗੇ, ਤੈਨੂੰ ਆਹ ਦੇਵਾਂਗੇ। ਯਾਰ ਲੋਕ ਹੀ ਸਮਝ ਲਾਂ। ਹਾਂ। ਆਪਾਂ ਚੰਗੇ ਆਣੇ ਆ ਜੇਕਰ ਅਸੀਂ ਕਿਤੇ ਗਲਤ ਆ ਤਾਂ ਫਿਰ ਅਸੀਂ ਗਲਤ ਨੂੰ ਹੀ ਚੁਣਾਂਗੇ ਬਿਲਕੁਲ ਸਹੀ ਉਹ ਵੀ ਹਾਜ਼ਰ ਹੈ ਜੱਜ ਦਾ ਵੀ ਚਾਹ ਬਈ ਮੈਂ ਅੱਜ ਇੱਕ ਵੀਡੀਓ ਵੇਖੀ ਬੁੜੀਆਂ ਕਿਤੇ ਲੜਦੀਆਂ ਬੁੜੀਆਂ ਲੜਦੀਆਂ ਹੁੰਦੀਆਂ ਉਹ ਨਹੀਂ ਨਹੀਂ ਤੈਨਾਂ ਸ ਮੈਂ ਤਾਂ ਇੱਕ ਟਰੱਕ ਦੇ ਪਿੱਛੇ ਲਿਖਿਆ ਪੜਿਆ ਕੌੜੀ ਨਾ ਗੱਲ ਕਿਸੇ ਨੂੰ ਲੱਗੇ ਹਾਂ ਮੈਂ ਮਾਫੀ ਚਾਹੁੰਨਾ ਪਹਿਲਾਂ ਹੀ ਸੱਚੀ ਮੁੱਚੀ ਵੱਡੇ ਮਹਾਰਾਜ ਦੀ ਸੋਪਾ ਹਲੋ ਭਾਵੇਂ ਮੈਂ ਲਿਖਿਆ ਪੜਿਆ ਹਾਂਜੀ ਕਹਿੰਦੇ ਬੀਬੀ ਤੇ ਮੱਛਰ ਐਂ ਲੜਦੇ ਹੁੰਦੇ ਹੈ ਇਹ <div>ਨੀ ਗੱਲ ਹੈਗੀ ਉਹਨਾਂ ਨੇ ਔਰਤਾਂ ਲਿਖਿਆ ਸੀ ਔਰਤਾਂ ਤੇ ਮੱਛਰ ਤਾਂ ਲੜਦ ਗਈ ਹੁੰਦੀਆਂ ਹਾਂ ਪਰ ਮੈਂ ਨਹੀਂ ਇਹ ਕਹਿੰਦਾ ਜੀ ਸਤਕਾਰਯੋਗ ਨੇ ਜੀ ਬਿਲਕੁਲ ਪਰ ਮੈਂ ਤਾਂ ਸੱਚੀ ਦੋ ਬੀਬੀਆਂ ਲੜਦੀਆਂ ਵੇਖੀਆਂ ਵੀਡੀਓ ਬਹੁਤ ਮੈਨੂੰ ਨਹੀਂ ਕੋਈ ਹੈਰਾਨੀ ਹੋਈ ਐਸੇ ਗੱਲ ਤੇ ਨਹੀਂ ਨਹੀਂ ਪਰ ਟੈਣਾ ਸਾਹਿਬ ਮੈਨੂੰ ਤਾਂ ਮਤਲਬ ਸਮਝ ਨਹੀਂ ਆਈ ਵੀ ਮੈਂ ਕਿਹਦਾ ਪੱਕ ਪੂਰਾ ਤੇ ਕਿਹਦਾ ਨਹੀਂ ਡੀਟੀਡੀਸੀ ਦੀਆਂ ਬੱਸਾਂ ਜਿਹੜੀਆਂ ਦਿੱਲੀ ਦੇ ਵਿੱਚ ਚੱਲਦੀਆਂ ਨੇ ਹੈ ਨਾ ਸਰਕਾਰੀ ਬੱਸਾਂ ਜਿਹੜੀਆਂ ਦਿੱਲੀ ਦੀਆਂ ਉਹਦੇ ਵਿੱਚ ਦੋ ਔਰਤਾਂ ਲੜ ਰਹੀਆਂ ਨੇ ਲੜਾਈ ਦੀ ਵਜ੍ਹਾ ਇਹ ਆ ਕਿ ਇੱਕ ਔਰਤ ਤੇ ਇੱਕ ਬੰਦਾ ਸੀਟ ਦੇ ਉੱਪਰ ਬੈਠੇ ਹੋਏ ਨੇ ਤੇ ਇੱਕ ਦੋ ਬੀਬੀਆਂ ਜਿਹੜੀਆਂ ਮਤਲਬ ਰਸ਼ ਬਹੁਤ ਆ ਬੱਸ ਦੇ ਵਿੱਚ ਉਹ ਬੀਬੀ ਜਿਹੜੀ ਆ ਲਾਗੇ ਖੜੀ ਹੈ ਉਹ ਬੀਬੀ ਬੰਦੇ ਨੂੰ ਕਹਿ ਰਹੀ ਵੀ ਤੂੰ ਸੀਟ ਤੋਂ ਉੱਠ ਕਿਉਂ ਉੱਠੇ ਕਿਉਂਕਿ ਇਹ ਔਰਤਾਂ ਦੇ ਲਈ ਰਿਜ਼ਰਵਡ ਆ ਸੀਟ ਹਾਂ ਇੱਥੇ ਔਰਤਾਂ ਹੀ ਬਹਿ ਸਕਦੀਆਂ ਨੇ ਉਹ ਕਹਿੰਦਾ ਵੀ ਹੁਣ ਮੈਂ ਬਹਿ ਗਿਆ ਜੀ ਵੀ ਉਹ ਤੀਵੀ ਆਦਮੀ ਹੋਣਗੇ ਹਨਾ ਜਾਂ ਆਪਸ ਦੇ ਵਿੱਚ ਕੋਈ ਰਿਸ਼ਤੇਦਾਰ ਹੋਣਗੇ ਉਹ ਦੂਸਰੀ ਬੀਬੀ ਕਹਿ ਰਹੀ ਜਿਹੜੀ ਬੈਠੀ ਹੋਈ ਆ ਉਹ ਕਹਿ ਰਹੀ ਵੀ ਹੁਣੇ ਨਹੀਂ ਉੱਠੂਗਾ ਇੱਥੇ ਬਹਿ ਗਿਆ ਉਹ ਕਹਿੰਦੀ ਸ਼ਰਮ ਕਰ ਤੈਨੂੰ ਉੱਠਣਾ ਹੀ ਪਊਗਾ ਚੈਟ ਆਪ ਹਾਂ ਉਹਨੇ ਆ ਕੇ ਕਿਹਾ ਬਸ ਇਦਾਂ ਹੀ ਲੜਾਈ ਹੋਈ ਗਈ ਹੋਈ ਗਈ ਹੋਈ ਗਈ ਹਾਰ ਕੇ ਜਿਹੜੀ ਬੀਬੀ ਖੜੀ ਸੀ ਨਾ ਉਹ ਸੀਟ ਤੇ ਧੱਕੇ ਨਾਲ ਹੀ ਬਹਿ ਗਈ ਅੱਛਾ ਉਹਨੂੰ ਕਹਿੰਦੇ ਸ਼ਰਮ ਕਰ ਉੱਠਣਾ ਹੀ ਪੈਣਾ ਤੈਨੂੰ ਤੋੜਦਾ ਘਾਤੇ ਨਹੀਂ ਆ ਲੋਕ ਵੀ ਰੌਲਾ ਪਾਈ ਜਾਂਦੇ ਭਾਈ ਸਾਹਿਬ ਉੱਠ ਜਾਓ ਭਾਈ ਸਾਹਿਬ ਉੱਠ ਜਾਓ ਭਾਈ ਸਾਹਿਬ ਉੱਠ ਜਾਓ ਹਾਰ ਕੇ ਬੰਦੇ ਨੂੰ ਉੱਠਣਾ ਹੀ ਪਿਆ ਅੰਗਰੇਜ਼ੀ ਮਾਰੀ ਹੋਣੀਆਂ ਨੇ ਅਗੇਨ ਐਂਡ ਅਗੇਨ ਆਈ ਕਾਂਟ ਟੋਲਰੇਟ ਤੇ ਜਦੋਂ ਬੀਬੀ ਬਹਿ ਗਈ ਨਾ ਮੇਰੇ ਜੀ ਸਹੀ ਸੀ ਬਸ ਸਭ ਕੋ ਸਿਰਾਈ ਸੀ ਵਾਟ ਕੱਟ ਸੀ ਕਿ ਨਹੀਂ ਜਦੋਂ ਬੀਬੀ ਬਹਿ ਗਈ ਤਾਂ ਮੁੜ ਕੇ ਨਾ ਨਾਲ ਇੱਕ ਉਹ ਕਹਿੰਦੀ ਨਹੀਂ ਮੈਂ ਨਹੀਂ ਬਹਿਣਾ ਕਹਿੰਦੀ ਨਹੀਂ ਨਹੀਂ ਮੈਂ ਵੀ ਬਹਿਣਾ ਥੋੜੀ ਸੀ ਮੈਂ ਤਾਂ ਤੇਰੇ ਲਈ ਸੀਟ ਖਾਲੀ ਕਰਾਈ ਹੈ ਇਹ ਦੋ ਵੱਡੀ ਸਮਾਜ ਸੇਵਕਾਂ ਜਿਹੜਾ ਬੈਠਾ ਹਾਂ ਉਹਨੂੰ ਕੀ ਸਮੱਸਿਆ ਨਹੀਂ ਬਲਕਿ ਕਸੂਰ ਕੀ ਆ ਹਾਂ ਚਲੋ ਮੰਨੇ ਆ ਵੀ ਉੱਤੇ ਲਿਖਿਆ ਹੋਇਆ ਵੀ ਇਹ ਸੀਟਾਂ ਔਰਤਾਂ ਦੇ ਲਈ ਰੱਖਵੀਆਂ ਨੇ ਹਨਾ ਵੀ ਉਥੇ ਔਰਤਾਂ ਨੂੰ ਹੀ ਬਹਿਣਾ ਚਾਹੀਦਾ ਹੈ ਪਰ ਠੀਕ ਹੈ ਕਵੇ ਬੰਦਾ ਇਹੋ ਜੇ ਮਸਲੇ ਤੇ ਚੋਪੀ ਪਲਾ ਪੰਜਾਬ ਚ ਵੀ ਤਾਂ ਇਹੋ ਜਿਹਾ ਕੁਝ ਆਉਂਦਾ ਜੀ ਆ ਪਿੱਛੇ ਜੇ ਇੱਕ ਬੀਬੀ ਲੜਪੀ ਸੀਗੀ 3000 ਰੁਪਏ ਜੁਰਮਾਨਾ ਉਹਨੂੰ ਹੋਇਆ ਹੂੰ ਉਹ ਕਹਿੰਦੀ ਜੀ ਮੈਂ ਤਾਂ ਆਧਾਰ ਕਾਰਡ ਦਿਖਾਉਂਦੀ ਨਹੀਂ ਹਾਂਜੀ OPRTC ਦੀ ਬੱਸ ਵਾਲਾ ਵੀਰ ਸੀ ਕੰਡਕਟਰ ਸੀ ਉਹ ਕਹਿੰਦਾ ਵੀ ਕਾਰਡ ਦਿਖਾਉਣਾ ਪੈਣਾ ਮੈਂ ਕਿਹੜਾ ਕੋਈ ਤੁਹਾਨੂੰ ਆਪਦੀ ਮਰਜ਼ੀ ਨਾਲ ਕਹਿਣਾ ਸਰਕਾਰ ਨੇ ਨਿਯਮ ਬਣਾਇਆ ਉਹ ਕਹਿੰਦੀ ਮੈਂ ਨਹੀਂ ਦਿਖਾਉਂਦੀ ਕਹਿੰਦੀ ਵੀ ਤੁਹਾਨੂੰ ਪਤਾ ਨਹੀਂ ਮੈਂ ਕੌਣ ਹੁੰਨੀ ਆ ਹੂੰ ਜਿੱਥੇ ਮੈਂ ਉਤਰੂੰਗੀ ਨਾ ਪੜਾਕੇ ਪੈ ਜਾਣਗੇ ਪੜਾਕੇ ਹਾਂ ਕਹਿੰਦੀ ਗਾਂ ਤੋਂ ਇੱਥੋਂ ਨਹੀਂ ਬਸ ਨਹੀਂ ਲੰਘਣ ਦਿੰਦੀ ਉਹ ਕਹਿੰਦਾ ਯੱਬ ਖਾਣਾ ਕਿਉਂ ਕਰਦੇ ਮੈਨੂੰ ਕਾਰਡ ਦਿਖਾ ਦਿਓ ਆਦਾ ਆਧਾਰ ਕਾਰਡ ਕਹਿੰਦੀ ਛੱਡ ਪਰਾਂ ਤੂੰ ਹਾਂ ਸਵਾਰ ਕਹਿੰਦੇ ਬਥੇਰਾ ਕਿਹਾ ਵੀ ਭੈਣ ਜੀ ਦਿਖਾ ਦਿਓ ਕਾਰਡ ਆ ਵੀ ਉਹ ਕਿਹੜਾ ਪੈਸੇ ਮੰਗ ਰਿਹਾ ਆਧਾਰ ਕਾਰਡ ਮੰਗ ਰਿਹਾ ਉਹ ਕਹਿੰਦਾ ਤੇਰਾ ਏਟੀਐਮ ਕਾਰਡ ਤੇ ਪਾਸਵਰਡ ਮੰਗਦਾ ਉਹਨੇ ਆਧਾਰ ਕਾਰਡ ਵੇਖਣਾ ਵੀ ਭਾਈ ਠੀਕ ਆ ਗੱਲ ਖਤਮ ਹੋ ਗਈ ਕਹਿੰਦੀ ਨਾ ਮਾਰੀ ਧੀ ਨੇ ਜਦ ਕਰ ਲਈ ਹੂੰ ਕਿਹੜੀ ਮਪੜਾ ਕਿ ਪਾਣੀ ਹੁੰਨੀ ਆ ਕਿਉਂਕਿ ਪੜਾਕੇ ਪੜੂਕੇ ਪਾਏ ਹੋਣੇ ਨੇ ਲਓ ਜੀ ਉਸ ਤੋਂ ਬਾਅਦ ਸਾਰੀਆਂ ਸਵਾਰੀਆਂ ਨੇ ਕਿਹਾ ਡਰਾਈਵਰ ਵੀਰ ਨੂੰ ਕਹਿੰਦੇ ਵੀ ਐ ਕਰੋ ਬੱਸ ਥਾਣੇ ਲੈ ਜਾਓ ਅਸੀਂ ਤੁਹਾਡੇ ਹੱਕ ਦੇ ਵਿੱਚ ਗਵਾਹੀ ਦਿੰਨੇ ਆਂ ਜੀ ਤੇ ਮੁੜ ਕੇ ਪਤਾ ਨਹੀਂ 3000 ਕੇ 5000 3000 ਰੁਪਏ ਦਿੱਤਾ ਜੀ ਸਾਰੀਆਂ ਸਵਾਰੀਆਂ ਤੋਂ ਤੇ ਡਰਾਈਵਰ ਤੇ ਕੰਡਕਟਰ ਤੋਂ ਮਾਫੀ ਮੰਗੀ ਖਟਿਆ ਕੀ ਬਿਲਕੁਲ ਸਹੀ ਹੈ ਤੇ ਬਹੁਤ ਇੱਜ਼ਤ ਥੋੜੀ ਬਣੀ ਆ ਫਿਰ ਨਿੱਕੀ ਨਿੱਕੀ ਗਲਤ ਤੇ ਜਦ ਕਰ ਲੈਣੇ ਆ ਸਾਡੀ ਬੇਈਮਾਨੀ ਇਸ ਕਦਰ ਵੱਧ ਗਈ ਆ ਕਈ ਸਵਾਰਗਾਂ ਨੂੰ ਮੈਂ ਦੇਖਿਆ ਪਿੱਛੇ ਜ ਮੈਂ ਵੀ ਆਇਆ ਏ ਤੇ ਬੀਬੀ ਬੈਠੀ ਆ ਸੱਚੀ ਗਾਣਾ ਮੈਂ ਜੀ ਖੜਕੇ ਚਲੇ ਜਾਓ ਹੂੰ ਬੀਬੀ ਦੇ ਕੋਲੇ ਨਹੀਂ ਬਹਿਣਾ ਕਿਉਂ ਵੈਸੇ ਹੀ ਮੇਰੇ ਮਨ ਦੇ ਵਿੱਚ ਭਾਵਨਾ ਵੀ ਮੈਂ ਇਹਨਾਂ ਬੰਦੇ ਕੋਲੇ ਬੈਠੂਗਾ ਮੈਂ ਅੱਛਾ ਠੀਕ ਹੈ ਪਤਾ ਹੀ ਨਹੀਂ ਹੁੰਦਾ ਭਾਈ ਕੌਣ ਕਿਹਦੇ ਗਲ ਪੈ ਜੇ ਅੱਜਕੱਲ ਹਾਂਜੀ ਫਿਰ ਫਿਰ ਪਤਾ ਹੀ ਬੇਈਮਾਨੀ ਐ ਸੇ ਕਦਰਾ ਵੀ ਹੌਲੀ ਹੌਲੀ ਜਦੋਂ ਪਤਾ ਲੱਗੇ ਨਵੀਂ ਸਵਾਰੀ ਬੈਣ ਲੱਗੀ ਨਾਲ ਐਂ ਜੇ ਹੋ ਜਾਣਗੇ ਐਂ ਜੇ ਕਰ ਲੈਣਗੇ ਐਂ ਜੇ ਐਂ ਜੇ ਕਰ ਲੈਣਗੇ ਵੀ ਆਹ ਦੱਸੋ ਕਿ ਇੱਕ ਹੀ ਕੀਤਾ ਤੁਸੀਂ ਇੱਕ ਸੀਟ ਦੇ ਪੈਸੇ ਦਿੱਤੇ ਨੇ ਸਾਰੀਆਂ ਸੀਟਾਂ ਦੇ ਥੋੜੀ ਦੇ ਦਿੱਤੇ ਆ ਵੀ ਨਾਲ ਕੋਈ ਆ ਕੇ ਬੈਠੀ ਨਾ ਹੋਰ ਤਾਂ ਹੋਰ ਸਭ ਤੋਂ ਮਾੜੀ ਚੀਜ਼ ਪਤਾ ਕੀ ਲੱਗਦੀ ਹੈ ਟਾਣਾ ਸਾਹਿਬ ਸਮਾਨ ਨਾਲ ਦੀ ਸੀਟ ਤੇ ਰੱਖ ਲੈਣਗੇ ਵੀ ਸਮਾਨ ਸੀਟ ਤੇ ਰੱਖਣ ਨੂੰ ਥੋੜੀ ਆ ਇੱਕ ਗੱਲ ਦੱਸਦਾ ਹੋਰ ਵੀ ਮੇਰੇ ਜਾਣ ਤੋਂ ਪਹਿਲਾਂ ਹੀ ਨਾ ਤੇ ਉਹ ਬੀਬੀ ਇੱਕ ਬੈਠੀ ਤੇ ਨਾਲ ਉਹਨੇ ਸੀਟ ਦੇ ਉੱਤੇ ਸਮਾਨ ਦਾ ਝੋਲਾ ਰੱਖਿਆ ਇੱਕ ਦੋ ਰੱਖਿਓ ਨੇ ਤੇ ਮੈਂ ਕਿਹਾ ਵੀ ਭੈਣ ਜੀ ਇੱਥੇ ਕੋਈ ਬੈਠਾ ਹਮ ਹੋਰ ਮੈਨੂੰ ਕਿਤੇ ਕੋਈ ਸੀਟ ਨਾ ਲੱਭੀ ਹਮ ਕਹਿੰਦੀ ਆਉਣ ਵਾਲਾ ਕੋਈ ਮੈਂ ਖਾਬੇ ਹੁਤੜ ਦਾ ਕੋਈ ਆਉਣ ਵਾਲਾ ਹੋਵੇ ਕੋਈ ਭਰਾ ਹੋਵੇ ਕੋਈ ਸੱਜਣ ਆਉਣ ਵਾਲਾ ਹੋਵੇ ਕੋਈ ਵੀ ਹੋਵੇ ਤਾਂ ਬਸ ਤੁਰ ਪੀ ਮੈਂ ਖਾਬੇ ਸੱਜਣ ਭੱਜ ਕੇ ਚੜਦਾ ਹੁੰਦਾ ਬਸ ਦੇ ਵਿੱਚ ਹੈ ਫਿਰ ਮੈਨੂੰ ਲੱਗਾ ਵੀ ਯਾਰ ਇਹ 5-7 ਕਿਲੋਮੀਟਰ ਬਸ ਵੀ ਤੁਰ ਗਈ ਆਇਆ ਤਾਂ ਕੋਈ ਹੈ ਨਹੀਂਗਾ ਉਹ ਐ ਬੈਠੀ ਟੌਰਣ ਵਾਲਿਆਂ ਜਿਹਾ ਕਰਕੇ ਬਸ ਇਹੀ ਤਾਂ ਗੱਲ ਹੈ ਨਾ ਮੈਂ ਤਾਂ ਚੱਕ ਲਓ ਜਿਹਨੇ ਆਉਣਾ ਸੀ ਮੈਨੂੰ ਲੱਗ ਗਿਆ ਪਤਾ ਹਾਂ ਇਹ ਥੋੜੀ ਚ ਰੱਖਣਾ ਮਹਾਰਾਜ ਮੈਂ ਵੀ ਕਿਹੇ ਮਾਂ ਦਾ ਜਾਇਆ ਜੀ ਸਮਾਨ ਰੱਖਣ ਉੱਤੇ ਰੈਕ ਬਣੇ ਨੇ ਤੁਸੀਂ ਉੱਥੇ ਸਮਾਨ ਰੱਖੋ ਨਹੀਂ ਢਾਲਣਾ ਪਤਾ ਨਹੀਂ ਕਿ ਵਿੱਚ ਜਵਾਰਾਤੀ ਹੀਰੇ ਸੀ ਬਿਲਕੁਲ ਸਹੀ ਕਹ ਤੁਸੀਂ ਖੈਰ ਪਤਾ ਨਹੀਂ ਲੋਕਾ ਦੋ ਸੁਧਰਣਗੇ ਆਪਾਂ ਹੁਣ ਸਣੀ ਸਾਨਾ ਸਾਹਿਬ ਸਾਡੇ ਜਾਣ ਦਾ ਹੋ ਗਿਆ ਵੇਲਾ ਪਰ ਆਪਣੀ ਪ੍ਰਤੀਕਿਰਿਆ ਜ਼ਰੂਰ ਸਾਡ ਤੇ ਪਹਚਾਯੋ ਦੋ ਮੰਨ ਦੇ ਇਜਾਜ਼ਤ ਫੇਰ ਮਿਲਾਂਗੇ ਸਤਿ ਸ੍ਰੀ ਅਕਾਲ ਤੁਸੀਂ ਵੇਖਦੇ ਰਹੋ ਪ੍ਰਾਈਮੇਰੀ ਸ਼ਾ ਟੀਵੀ ਤੁਹਾਡਾ ਆਪਣਾ ਤੁਹਾਡੇ ਲਈ ਮਾਦੀ ਹਾਜ਼ਰ ਹੈ ਜੱਜ ਦਾ ਵਿਚਾਰ